ਬਈ ਫਾਈਨਲ ਦੀਆਂ ਦੋਨੋਂ ਟੀਮਾਂ ਲਈ ਇੱਕ ਵਾਰੀ ਯਾਰ ਜ਼ੋਰਦਾਰ ਤਾੜੀ ਮਾਰ ਦਿਓ ਪਹਿਲਾਂ ਜਿੰਨੇ ਕੁ ਜਾਣੇ ਬੈਠੇ ਹੋ। ਔਰ ਫਾਈਨਲ ਮੈਚ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਬੱਲੇ ਬੱਲੇ ਖੇਡ ਦੇ ਮੈਦਾਨ ਦੇ ਵਿੱਚ, ਹੁਣ ਦੇਖਾਂਗੇ ਕੌਣ ਕਰਵਾਉਂਦਾ ਹੈ। ਸਰਵ ਚੇਂਜ ਹੋ ਚੁੱਕੀ ਹੈ, ਬਹਾਦਰ ਗੜੀਆ ਰਵੀ ਅੱਜ ਖੇਡ ਰਿਹਾ ਸਹਾਰਨਪੁਰ ਦੀ ਟੀਮ ਦੇ ਲਈ, ਨਾਲ ਗੁਹਾਣੇ ਵਾਲਾ ਲਿਫਟੀ ਹੈ, ਔਰ ਨਾਲ ਮੈਂ ਤੱਕ ਰਿਹਾ ਵੀ ਠਾਕੁਰ ਭਾਨੂ ਪ੍ਰਤਾਪ ਖੇਡਦਾ ਹੈ, ਇੱਕ ਪਾਸੇ ਮੈਂ ਤੱਕ ਰਿਹਾ ਵੀ ਸ਼ੁਭਮ ਰਾਣਾ ਔਰ ਸਚਿਨ ਰਾਣਾ ਦੋਨੋਂ ਸਕੇ ਵੀ ਖੇਡਦੇ ਹੈ, ਡਿਗਦੇ ਸ਼ਿਵਮ ਹੈ। ਬਹੁਤ ਸੋਹਣੇ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ, ਔਰ ਕਹਿੰਦੇ ਗੁਹਾਣੇ ਵਾਲਾ ਲਿਫਟੀ ਬੜਾ ਸੋਹਣਾ ਪੁਆਇੰਟ ਜੋੜ ਗਿਆ ਆਪਣੀ ਟੀਮ ਦੇ ਲਈ ਵੀ ਹਾਲੇ ਤੇ ਸ਼ੁਰੂਆਤਾਂ ਮਿੱਤਰੋ, ਰੱਬ ਦੇ ਬਖਸ਼ੇ ਕਾਜ ਦੀਆਂ ਤੇ ਬੜੀਆਂ ਲੰਬੀਆਂ ਰਾਹਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ, ਸਦਾ ਸਫ਼ਰ ਵਿੱਚ ਚੱਲਦੇ ਰਹਿਣਾ ਇਹੋ ਕਿਸਮਤ ਰਾਹੀ ਦੀ ਹੈ। ਆਓ ਦੁਸ਼ਮਣ ਵੀ ਹੋਵੇ ਭਾਵੇਂ ਕਸਟਾਰ ਕਦੇ ਨਹੀਂ ਲਾਹੀ ਦੀ ਹੈ, ਖੁਦ ਚਾਹੀਏ ਸਤਿਕਾਰ ਤੇ ਸਭ ਦੀ ਇੱਜ਼ਤ ਕਰਨੀ ਚਾਹੀਦੀ ਹੈ, ਬਈ ਦੁਸ਼ਮਣ ਵੀ ਹੋਵੇ ਭਾਵੇਂ ਔਰ ਦਸਤਾਰ ਕਦੇ ਨਹੀਂ ਲਾਹੀ ਦੀ ਹੈ। ਇਧਰਲੇ ਪਾਸੇ ਨੰਬਰ ਪਹਿਲੇ ਦੀ ਭਾਲ ਦੇ ਵਿੱਚ ਆ ਢਾਬਾ ਵਾਲਾ ਆਉਂਦਾ ਉੱਡਿਆ ਬੱਲੇ, ਵਾਹ ਬਈ ਵਾਹ, ਬਾਲ ਇੰਨਾ ਤੇ ਨੰਬਰ ਪਹਿਲਾ ਮੇਰੇ ਕਾਰਨ ਪੰਨੂ ਆਸਟ੍ਰੇਲੀਆ ਵਧੀਆ ਵੀਰੇ, ਪੰਜਾਬ ਬ੍ਰਦਰਸ ਕਲੱਬ ਸਹਾਰਨਪੁਰ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਪਹਿਲਾ ਨੰਬਰ ਹੈ, ਇੱਕ ਤੇ ਜੀਰੋ ਦੀ ਟੱਕਰ ਆ ਗੁਰਲਾਲ। ਫਾਈਨਲ ਮੈਚ ਜਿਹੜਾ ਖੇਡਿਆ ਜਾ ਰਿਹਾ ਵੀ ਹੁਣ ਮਨਸੂਬੇ ਨੇ ਇੱਕ ਬੰਦਾ ਕੀ ਨਹੀਂ ਕਰ ਸਕਦਾ, ਕੱਲ੍ਹ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ, ਉਸ ਡਾਂਡੇ ਦੇ ਲੱਗ ਕੇ ਬੇੜੀ ਤਰਦੀ ਹੁੰਦੀ ਹੈ ਤੇ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ। ਭਾਈ ਚਾਹ ਵੀਰ ਨੂੰ ਮੇਰੀ ਬੇਨਤੀ ਹੈ, ਉਹ ਚਾਹ ਜਿਹੜੀ ਜ਼ਰੂਰ ਪਹੁੰਚਦਾ ਕਰਦੇ ਮੇਰਾ ਬਾਈ, ਮੇਰੀ ਬੇਨਤੀ ਹੈ ਮੇਰੇ ਭਰਾ ਨੂੰ, ਇੱਧਰ ਦੋ ਤੇ ਜੀਰੋ ਦੀ ਟੱਕਰਾਂ ਨੌਜਵਾਨਾਂ ਔਰ ਨੰਬਰ ਤੀਜਾ ਕੱਪੜ ਜੁੜਦਾ ਜਾਂ ਉੱਧਰ ਮੇਰੇ ਮਿੱਤਰੋ ਸਰਵ ਚੇਂਜ ਹੋ ਕੇ ਨੰਬਰ ਉੱਧਰ ਜੁੜੇਗਾ। ਨਵੀਂ ਆ ਫਿਰ ਛੋਟੀ ਜੀ ਬਾਲ, ਬਾਲ ਓਏ ਢਾਬਾਂ ਵਾਲੇ ਯਾਰ ਤਗੜੀ ਬਾਲ, ਵਾਹ ਜੀ ਵਾਹ। ਨਾਲ ਹੀ ਉਧਰ ਜਗਨੀਤ ਸਰਪੰਚ ਕਟਾਰੀ ਵਾਲਾ ਵਸਦਾ ਵਿੱਚ ਕੈਨੇਡਾ ਦੇ, ਜੇ ਰਵੀ ਯੂਪੀ ਸ਼ਾਸਤਰੀ ਦੀ ਟੀਮ ਨੂੰ ਦਸਾਂ ਤੋਂ ਥੱਲੇ ਥੱਲੇ ਹਰਾ ਦੇਵੇ ਤੇ ਰਵੀ ਦਾ ਸਨਮਾਨ 11,000 ਦੇ ਨਾਲ ਕੀਤਾ ਜਾਵੇਗਾ। ਗੱਲ ਕਦੇ ਵੱਡਿਆਂ ਮਾਨਾਂ ਸਨਮਾਨਾਂ ਦੀ ਹੈ, ਉੱਧਰ ਖਾਤਾ ਲਈ ਨਹੀਂ ਖੁੱਲਿਆ ਤੇ ਇੱਧਰ ਦੋ ਨੰਬਰਾਂ ਜਿਹੜੇ ਮੇਰੇ ਮਿੱਤਰ ਸਹਾਰਨਪੁਰ ਦੀ ਟੀਮ ਦੇ, ਦੋਨੋਂ ਯੂਪੀ ਦੀਆਂ ਟੀਮਾਂ ਨੇ, ਮੁੰਡਿਆਂ ਦੇ ਮੈਚ ਲੱਗਦੇ ਰਹਿੰਦੇ ਆਸ ਵਿੱਚ ਤੇ ਮੁੰਡੇ ਇੱਕ ਦੂਜੇ ਦੇ ਕਹਿ ਦਈਏ ਵੀ ਰੱਜ ਕੇ ਭੇਤੀ ਆ, ਵੀ ਇੱਥੇ ਕੋਈ ਨਾ ਕਿਸੇ ਲਈ ਮਰਦਾ ਜੀ, ਹਰ ਕੋਈ ਆਪਣੇ ਲਈ ਕਰਦਾ ਜੀ ਤੇ ਉਹੀ ਢਾਉਂਦਾ ਲੰਕਾ ਦਿਲ ਦੀ ਨੂੰ ਵੀ ਜਿਹੜਾ ਭੇਤੀ ਹੁੰਦਾ ਕਰਦਾ ਜੀ, ਇੱਥੇ ਕੋਈ ਨਾ ਕਿਸੇ ਲਈ ਮਰਦਾ ਜੀ। ਬਹੁਤ ਸੋਹਣਾ ਮੈਚ ਹੈ, ਸ਼ਾਸਤਰੀ ਦਾ ਸਨਮਾਨ ਨਾਲ ਗਿੱਲੀ ਜੌਲੀ ਪ੍ਰਧਾਨ ਰੋਪੜ ਦੇ ਟੂਰਨਾਮੈਂਟ ਦੇ ਨਾਲ, ਭਾਈ ਹੇਮਲ ਟੰਡਨ ਰੌਕੀ ਨਾਲ ਹੀ ਉੱਧਰ ਰੌਕੀ ਜਿੰਦਲ ਜੀ ਉਹਨਾਂ ਦੇ ਵੱਲੋਂ ਯੂਪੀ ਸ਼ਾਸਤਰੀ ਦਾ ਵਿਸ਼ੇ ਤਰ ਦੇ ਸਨਮਾਨ ਔਰ ਨਾਲ ਗਿੱਲੀ ਜੌਲੀ ਪ੍ਰਧਾਨ ਜੀ ਇਹਨਾਂ ਦੇ ਵੱਲੋਂ ਯੂਪੀ ਸ਼ਾਸਤਰੀ ਦਾ ਵਿਸ਼ੇ ਤਰ ਦੇ ਮਾਨ ਸਨਮਾਨ ਰੋਪੜ ਦੇ ਵੱਡੇ ਕੱਪ ਦੇ ਜਿਹੜਾ ਹੋਵੇਗਾ। ਸੋ ਬਹੁਤ ਬਹੁਤ ਧੰਨਵਾਦ ਹੈ, ਲੈ ਵੀ ਪੰਡਤ ਤਿੰਨ ਹੋ ਗਏ ਪੁਆਇੰਟ ਕੇ, ਤਿੰਨ ਤੇ ਜੀਰੋ ਦੀ ਟੱਕਰ ਹੈ, ਟਾਈਮ ਆਊਟ 3-0 3-0 ਪੁਆਇੰਟ ਆ ਜੀ, 3 ਰਵੀ 0 ਸ਼ੇਰੂ ਸ਼ਾਸਤਰੀ।
ਹੋਣਾ ਮੈਚ ਹੈ ਨਾਲ ਹੀ ਇੱਧਰ ਜੇ ਦਸਾਂ ਤੋਂ ਥੱਲੇ ਥੱਲੇ ਹਰਾ ਦੇਵੇ ਰਵੀ ਯੂਪੀ ਸ਼ਾਸਤਰੀ ਦੀ ਟੀਮ ਨੂੰ ਅਤੇ ਰੁਪਈਆ 11,000 ਦਿੱਤਾ ਜਾਵੇਗਾ ਜਗਜੀਤ ਭਰਾ ਸਾਡਾ ਵਸਦਾ ਵਿੱਚ ਕਨੇਡਾ ਦੇ ਨਾਲ ਸੌਜੀ ਹੋਣੀ ਹੈ ਜੋਨੀ ਸਿਆਨ ਵਾਲਾ ਨਾਲ ਝਮਟਾਲਾ ਜੋਤ ਇਹ ਸਾਡੀ ਜ਼ਿੰਦਗੀ ਦਾ ਮਾਣ ਨੇ ਭਰਾ ਸ਼ੇਅਰ ਜ਼ਰੂਰ ਕਰੀ ਚਲੋ ਸਾਰੇ ਭਰਾ ਇੱਕ ਦੋ ਦੋ ਸ਼ੇਅਰ ਮੇਰੇ ਬਣਾ ਦਿੱਤੀ ਹੈ ਮਾਣ ਕਦੇ ਕੀਤਾ ਤੇ ਜਰਸੀਆਂ ਵੀ ਨੇ ਸਪਾਂਸਰ ਕੀਤੀਆਂ ਨੇ ਮੈਂ ਦੇਖੀਆਂ ਦਾ ਵੀ ਫਾਈਨਲ ਆ ਗਈ ਪਈ 0 ਤੇ 3 ਦੀ ਟੱਕਰ 25000 ਵੀਰੇ ਪਹਿਲਾ ਭਰਾ ਦੇਖਦੇ ਆ ਵੀ ਢਾਬਾ ਦਾ ਸ਼ੇਰੂ ਜੋੜੇਗਾ ਤੇ ਜਾਂ ਫਿਰ ਮੇਰੇ ਮਿੱਤਰੋ ਮਾਜਰੇ ਵਾਲਾ 0-3 ਵੀਰੇ 3 ਰਵੀ ਦੇ ਔਰ ਧੰਨ ਧੰਨ ਹੋ ਗਈ ਆ ਮੁੰਡਾ ਕਹਿੰਦੇ ਇਧਰਲੇ ਪਾਸੇ ਸ਼ਿਵਮ ਵੀ ਕਮਾਲ ਕਰੀ ਤੋਰਿਆ ਆਉਂਦਾ ਹੈ ਦੋਨੋਂ ਸਕੇ ਭਰਾ ਬੜੇ ਤੇਜ਼ ਤੇ ਤਰਾਰ ਨੇ ਬਹਾਦਰ ਗੜੀਆ ਰਵੀ ਦੁਨੀਆ ਤਬਾਦੀ ਹੈ ਚੋਬਰ ਵੀ ਨੰਬਰ ਪਹਿਲਾ ਜੁੜ ਗਿਆ 1-3 ਸੋਹਣਾ ਮੈਚ ਫਾਈਨਲ ਆਪਣੀ ਟੀਮ ਦੇ ਲਈ ਮੇਰੇ ਮਿੱਤਰੋ ਵੀ ਕੱਢਿਆ ਹੈ ਨੈੱਟ ਤੇ ਪਈਆਂ ਨੇ ਦੋ ਫੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋਨੋਂ ਚੰਗੀਆਂ ਕੌਣ ਮਾਰੂ ਛੱਡਾ ਕਿਹੜਾ ਕਰੂਗਾ ਡਿਫੈਂਸ ਅੱਜ ਡਿੱਗ ਡਿੱਗ ਕੇ ਜੀਤ ਦਾ ਟੌਲਿਆ ਗੁੱਟਾ ਪੱਟਾ ਵਿੱਚ ਜਾਣ ਮਿੱਤਰੋ ਬਈ ਉਹਨੇ ਚਾਣਾ ਜਿੱਤ ਕੇ ਨੰਬਰ ਦੂਜਾ ਹੋਰ ਨੰਬਰ ਕਹਿੰਦੇ ਦੂਜਾ ਵੀ ਜੋੜ ਦਿੱਤਾ ਆਪਣੀ ਟੀਮ ਦੇ ਲਈ ਮੇਰੇ ਮਿੱਤਰਾਂ ਵੀ 2 ਨੰਬਰ ਦਾ ਬੰਦਾ ਮਾੜਾ 2 ਨੰਬਰ ਦਾ ਧੰਦਾ ਮਾੜਾ ਇਹ ਗੱਲ ਜਿਹੜੀ ਪੱਕੀ ਆ ਮੇਰੇ ਮਿੱਤਰੋ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ ਵੈਰੀ ਗੁੱਡ ਮਾਰਨਿੰਗ ਲੈ ਵੀ 2 ਤੇ 3 ਦਾ ਮੁਕਾਬਲਾ ਢਾਬਾ ਨੇ ਸ਼ੇਰ ਵਾਲਾ ਵੈਲਕਮ ਜੀ ਸੁਰਿੰਦਰ ਜੀ ਪਾਇਆ ਇਧਰਲੇ ਪਾਸੇ ਪਰ ਬਹਾਦਰ ਗਣ ਵਾਲਿਆ ਜੇ ਤੂੰ ਜਿੱਤ ਗਿਆ ਤੇ ਰਕਮ ਕਹਿੰਦੇ ਵੱਡੀ ਲਾਈ ਬੈਠਾ ਸਰਪੰਚ ਵੀ ਉਹ ਕਹਿੰਦਾ 31,000 ਦੇਣਾ ਜੇ ਰਵੀ ਫਾਈਨਲ ਜਿੱਤਦਾ ਤੇ ਉਹ ਗੱਲਾਂ ਹੋਰ ਗਿਆ ਇਧਰਲੇ ਪਾਸੇ 2 ਤੇ 3 ਦੀ ਟੱਕਰ ਆ ਸ਼ੀਨੂ ਤੇ ਭੂਰਾ ਵੀ ਪੂਰੇ ਫਿੱਟ ਨੇ ਸਮਝਾਤਾ ਕੱਲੇ ਕੱਲੇ ਨੂੰ ਵੀ ਗਲਤੀ ਦੀ ਗੁੰਜਾਇਸ਼ ਨਹੀਂ ਕੋਈ ਮੈਚ ਫਾਈਨਲ ਆ ਘਰੌਰ ਦੀ ਧਰਤੀ ਇਤਿਹਾਸ ਸਿਰਜਿਆ ਜਾ ਰਿਹਾ ਅੱਜ ਸਰਦੀਆਂ ਹੋਈਆਂ ਟੀਮਾਂ ਦੇ ਮੈਚ ਜਿਹੜੇ ਕਰਵਾਏ ਗਏ ਵੱਡੇ ਵੱਡੇ ਖਿਡਾਰੀ ਆਏ ਤੇ ਮੇਰੇ ਮਿੱਤਰੋ ਚਲੇ ਵੀ ਗਏ ਆ ਟੀਮਾਂ ਨੇ ਮੇਰੇ ਮਿੱਤਰੋ ਕਹਿੰਦੇ ਥਾਲੇਦਾਰੀ ਪੇਸ਼ ਕੀਤੀ ਆ ਫਾਈਨਲ ਦੇ ਵਿੱਚ ਤੇ ਵੱਡੇ ਕੱਪ ਵੱਡਾ ਪ੍ਰਾਈਜ਼ ਉਹ ਕਹਿੰਦੇ ਬੈਸਟਾਂ ਨੂੰ 3100 ਰੁਪਇਆ ਦਿੱਤਾ ਜਾਣਾ ਹੈ ਵੇਖਦੇ ਕਿਹੜੇ ਭਾਗਾਂ ਵਾਲੇ ਖਿਡਾਰੀ ਹੋਣਗੇ ਜਿਨ੍ਹਾਂ ਨੇ ਬੈਸਟ ਬਣ ਜਾਣਾ ਹੈ ਅੱਜ ਦੇ ਵੱਡੇ ਕੱਪ ਦੇ ਕਮਾਲ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਹੈ ਵੀ ਮੈਚ ਦੇਖ ਲਓ ਸ਼ੁਰੂ ਹੋਣ ਲੱਗਿਆ ਹੁਣ ਦੇਖੋ ਮਾਰੀ ਹੋਈ ਹੈ ਵਿਸਲ ਵੇਖੋ ਰੈਫਰੀ ਨੇ ਲੱਗੇ ਨੇ ਤਾੜੀਆਂ ਲਾਉਣ ਦੇਖੋ ਤੇ ਦੋਵੇਂ ਟੀਮਾਂ ਹੀ ਲਾਉਣਗੀਆਂ ਚੋਰ ਪੂਰਾ ਉਹ ਮਾਰ ਲੈਂਦਾ ਹੈ ਬਾਜੀ ਹੁਣ ਕੌਣ ਏ ਬੱਲੇ ਉਹ ਬਾਈ ਯਾਰ ਜੇ ਮੈਚ ਦੀ ਸ਼ੁਰੂਆਤ ਵਧੀਆ ਲੱਗੀ ਆ ਤੇ ਤਾੜੀ ਤੂੜੀ ਕਿਉਂ ਨੀ ਮਾਰਦੇ ਯਾਰ ਤਾੜੀ ਨਾ ਮਾਰਦੇ ਜ਼ੋਰਦਾਰ ਮੁੰਡਿਆਂ ਦੇ ਲਈ ਬਿਲਕੁਲ ਬਲਜਿੰਦਰ ਮੈਚ ਹੀ ਵਾਲੇ ਤਕੜੇ ਲੱਗੇ ਬੁੱਗੇ ਮੈਚ ਕੋਈ ਹੈ ਹੀ ਨੀ ਜਿਹੜਾ ਰੈਲਾ ਲੱਗ ਜਾਵੇ ਸਾਰੇ ਮੈਚ ਤਕੜੇ ਲੱਗੇ ਬਈ ਯਾਰ ਬਿਲਕੁਲ ਬਿਲਕੁਲ ਜੀ ਨੀਰ ਜੀ ਢਾਬਾ ਜੀ
ਸਾਰੀਆਂ ਹੀ ਜੰਗਾਂ ਲੱਗੀਆਂ ਨੰਬਰ ਚੌਥਾ ਚਾਰ ਤੇ ਤਿੰਨ ਦੀ ਟੱਕਰ ਹੈ ਉਧਰ ਮਾਜਰੇ ਵਾਲਾ ਵੀ ਦੁਨੀਆਂ ਦਾ ਮਹਾਨ ਔਰ ਇਧਰਲੇ ਪਾਸੇ ਬਹਾਣੇ ਵਾਲਾ ਲਿਫਟੀ ਵੀ ਹੈ ਮੰਨੇ ਪ੍ਰਮਾਨੇ ਕਹਿੰਦੇ ਡਿਫੈਂਸਰਾਂ ਦੇ ਵਿੱਚ ਨਾਮ ਬੋਲਦਾ ਚੋਪਰਾਂ ਦਾ ਢਾਬਾ ਵਾਲਾ ਸ਼ੇਰੂ ਉਹ ਕਹਿੰਦੇ ਜਿਹੜੇ ਜਿਹੜੇ ਗਰਾਊਂਡਾਂ ਦੇ ਵਿੱਚ ਖੇਡੇ ਆ ਤੇ ਮੁੰਡੇ ਨੇ ਰਿਕਾਰਡ ਸੈੱਟ ਕੀਤੇ ਆ ਤੇ ਬਹਾਦਰ ਜਿਹੜੀ ਆ ਰਵੀ ਦੀ ਆ ਉਹ ਕਹਿੰਦੇ ਜਿਹੜੇ ਜਿਹੜੇ ਗਰਾਊਂਡਾਂ ਤੇ ਅੱਖ ਰੱਖਦਾ ਤੇ ਮੇਲੇ ਜਿੱਤਦਾ ਹੈ ਪਰ ਸਾਹਮਣੇ ਨੰਬਰ ਪੰਜਵਾਂ ਜਿਹੜਾ ਯੂਪੀ ਰਜ਼ੌਰ ਦੀ ਟੀਮ ਦੇ ਖਾਤੇ ਵਿੱਚ ਜਾ ਜੁੜ ਗਿਆ ਪੰਜ ਤੇ ਤਿੰਨ ਬੜਾ ਜ਼ਬਰਦਸਤ ਮੁਕਾਬਲਾ ਟੱਖਰਾਂ ਦਾ ਪੰਡਿਤ ਫੈਸਲੇ ਕਰਦਾ ਹੈ ਸਾਰੇ ਮੈਚਾਂ ਦੀ ਰੈਫਰੀ ਭਰਾ ਨੇ ਕਰ ਦਿੱਤੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਬਾਈ ਦਾ ਪੰਜ ਤਿੰਨ ਬਹੁਤ ਬਹੁਤ ਧੰਨਵਾਦ ਜੀ ਬਲਜਿੰਦਰ ਕਾਲੀ ਵਾਲਾ ਆਸਟ੍ਰੇਲੀਆ ਨੇ ਸਟਾਰ ਭੇਜਿਆ ਬਹੁਤ ਬਹੁਤ ਧੰਨਵਾਦ ਜੀ ਬਲਜਿੰਦਰ ਕਾਲੀ ਵਾਲਾ ਆਸਟ੍ਰੇਲੀਆ ਬਲਦੇਵ ਕਾਲੀ ਵਾਲਾ ਆਸਟ੍ਰੇਲੀਆ ਬਹੁਤ ਬਹੁਤ ਧੰਨਵਾਦ ਜੀ ਬਲਦੇਵ ਕਾਲੀ ਵਾਲਾ ਆਸਟ੍ਰੇਲੀਆ ਸਟਾਰ ਭੇਜਣ ਵਾਸਤੇ ਧੰਨਵਾਦ ਬਲਦੇਵ ਕਾਲੀ ਵਾਲਾ ਆਸਟ੍ਰੇਲੀਆ ਬਹੁਤ ਬਹੁਤ ਧੰਨਵਾਦ ਜੀ ਸਟਾਰ ਭੇਜਣ ਵਾਸਤੇ ਬਲਦੇਵ ਕਾਲੀਏ ਵਾਲਾ ਜੀ ਆਸਟ੍ਰੇਲੀਆ ਤੋਂ ਬਹੁਤ ਬਹੁਤ ਧੰਨਵਾਦ ਔਰ ਜਿਹੜੇ ਵੀਰ ਪੁਰਾਣੇ ਟਾਈਮ ਤੋਂ ਵਾਲੀਬਾਲ ਦੇ ਨਾਲ ਜੁੜੇ ਹੋਏ ਉਹਨਾਂ ਦੇ ਵਿੱਚ ਇੱਕ ਕਦੇ ਗੱਲਾਂ ਹੋਈਆਂ ਸਾਡੇ ਬਾਈ ਪਿੱਤੇ ਹੋਣਾਂ ਦੀਆਂ ਬਾਈ ਜੱਸੇ ਵਰਗੇ ਖੇਡੇ ਅਤੇ ਚਰਚਾ ਹੋਈ ਹੈ ਔਰ ਚੱਲਦੇ ਟਾਈਮ ਦੇ ਵਿੱਚ ਗੁੜੀ ਹੋਣਾਂ ਦੀ ਕਰਨੇ ਹੋਣਾਂ ਦੀ ਹੈ ਔਰ ਕਹਿੰਦੇ ਮੇਰੇ ਉੱਤਰੋਂ ਤੂਤੀ ਬੋਲਦੀ ਹੈ ਸੋ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ ਸਾਡੇ ਬਾਈ ਬਲਦੇਵ ਕਾਲੀ ਵਾਲਾ ਜੀ ਆਸਟ੍ਰੇਲੀਆ ਤੋਂ ਉਹ ਵੀ ਲਾਈਵ ਜੁੜੇ ਬੈਠੇ ਆ ਪਰ ਇਧਰਲੇ ਪਾਸੇ ਨੰਬਰ ਛੇਵਾਂ ਯੂਪੀ ਦੀ ਟੀਮ ਦੇ ਖਾਤੇ ਵਿੱਚ ਆ ਯੂਪੀ ਸ਼ਾਸਤਰੀ ਛੇ ਇਧਰਲੇ ਪਾਸੇ ਤਿੰਨ ਨੰਬਰ ਜਿਹੜੇ ਪੰਜਾਬ ਬ੍ਰਦਰਸ ਸਹਾਰਨਪੁਰ ਉਹ ਕਲੱਬ ਕਹਿੰਦੇ ਵੱਡੀ ਬਣ ਗਈ ਆ ਪਰ ਫਰਕ ਕਹਿੰਦੇ ਆ ਦੁੱਧਾ ਪੈ ਗਿਆ ਵੀ ਉਹ ਜਿਹੜਾ ਬਾਬਾ ਬੈਠਾ ਵੀਲ ਚੇਅਰ ਤੇ ਹੁਣ ਯਾਰ ਉਹ ਕਦੇ ਕੌਡੀ ਪਾਂਡੀ ਖੇਡਦਾ ਅੱਖਾਂ ਦੇ ਚੱਜ ਜੀ ਦੇ ਹੈ ਨੀ ਜੋਤ ਪਈ ਆ ਉਹ ਫਿਰਦਾ ਸੀ ਮੇਲਿਆਂ ਚ ਕਦੇ ਮਿਲਦਾ ਹੁਣ ਆ ਨੀ ਦਵਾਈਆਂ ਰਹਿੰਦੀਆਂ ਤੇ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਉਹ ਸਦਾ ਨੀ ਉਹ ਬੰਦਿਆਂ ਚੜਾਈਆਂ ਰਹਿੰਦੀਆਂ ਬਈ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨਹੀਂ ਬੰਦਿਆ ਚੜਾਈਆਂ ਰਹਿੰਦੀਆਂ ਇੱਕ ਟਾਪ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਅੱਧ ਅੱਧ ਦਾ ਫਰਕ ਹੈ ਕੁਲਾਂ ਕਰੀ ਗੱਲ ਛੇ ਦੇ ਤਿੰਨ ਦੀ ਟੱਕਰ ਹੈ ਲਓ ਸਾਹਮਣੇ ਇੱਧਰ ਛੇ ਤੇ ਤਿੰਨ ਦੀ ਟੱਕਰ ਜਿਹੜੀ ਉਹ ਖੇਡ ਗਰਾਊਂਡ ਦੇ ਵਿੱਚ ਹੈ ਮੇਰੇ ਮਿੱਤਰੋ ਇੱਧਰ ਯੂਪੀ ਸ਼ਾਸਤਰੀ ਦੀ ਟੀਮ ਦੇ ਨੰਬਰ ਜਿਹੜੇ ਛੇ ਹੈ ਤੇ ਇੱਧਰ ਸਹਾਰਨਪੁਰ ਯੂਪੀ ਵਾਲੇ ਮੁੰਡਿਆਂ ਦੇ ਨੰਬਰ ਜਿਹੜੇ ਉਹ ਤਿੰਨ ਆ ਮੇਰੇ ਮਿੱਤਰੋ ਵੀ ਇੱਕੋ ਸਾਡੀ ਗਲੀ ਤੇ ਇੱਕੋ ਸਾਡਾ ਪਿੰਡ ਵੇ ਤੇ ਪਿੰਡਾਂ ਵਾਲਿਆਂ ਦੀ ਤੂੰ ਜਾਣਦਾ ਨੀ ਹਿੰਡ ਵੇ ਆਹ ਮੁੰਡੇ ਮੇਰੇ ਮਿੱਤਰੋ ਇੱਕੋ ਕਹਿੰਦੇ ਸਟੇਟ ਨੂੰ ਬਿਲੋਂਗ ਕਰਦੇ ਆ ਗੱਲਾਂ ਹੁੰਦੀਆਂ ਨੇ ਵੱਡੇ ਵੱਡੇ ਮੇਲੇ ਜਿੱਤੇ ਦੋਨੋਂ ਟੀਮਾਂ ਨੇ ਔਰ ਦਬਦਬਾ ਮੁੰਡਿਆਂ ਦਾ ਪਹਿਲੇ ਦਿਨ ਤੋਂ ਇਹਨਾਂ ਗਰਾਊਂਡਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਹੈ ਤੇ ਬਾਈ ਨੰਬਰ ਤੁਸੀਂ ਜੋੜੋ ਤੇ ਫੇਰ ਲੋਕਾਂ ਨੇ ਗੱਲਾਂ ਕਰਨੀਆਂ ਵੀ ਟੀਮ ਜਿਹੜੀ ਸਹਾਰਨਪੁਰ ਧੰਨਵਾਦ ਜੀ ਜਸ ਸਰਾਓ ਨੇ ਸਟਾਰ ਭੇਜਿਆ ਦਿਨ ਤੋਂ ਧੰਨਵਾਦ ਜੀ ਜਸ ਸਰਾਓ ਧੰਨਵਾਦ ਜੀ ਜਸ ਸਰਾਓ ਜੀ ਸਟਾਰ ਭੇਜਣ ਵਾਸਤੇ ਧੰਨਵਾਦ ਜਸ ਸਰਾਓ ਜੀ ਇਹਨੇ ਵੀ ਕਹਿੰਦੇ ਵੱਡੀ ਮਿਹਨਤ ਕੀਤੀ ਹੋਈ ਹੈ ਦੁਨੀਆ ਸਟਾਰ ਕਹਿੰਦੀ ਹੈ ਸੱਤਵਾਂ ਨੰਬਰ ਜੋੜ ਦਿੱਤਾ ਹੈ ਸੱਤ ਤਿੰਨ ਜੱਸਾ ਜੀ ਜ਼ਰੂਰ ਲੂਜ ਕਰ ਗਿਆ ਸੀ ਵੀਰੇ ਰਵੀ ਨੂੰ ਬਹੁਤ ਬਹੁਤ ਧੰਨਵਾਦ ਜੀ ਜਸ ਸਰਾਓ ਜੀ ਸਟਾਰ ਭੇਜਣ ਵਾਸਤੇ ਇੱਕ ਵਾਰ ਫਿਰ ਤੋਂ ਧੰਨਵਾਦ ਜੀ ਦੁਬਾਰਾ ਫਿਰ ਸਟਾਰ ਭੇਜਿਆ ਭਰਾ ਨੇ ਜਸ ਸਰਾਓ ਨੇ ਰਾਜਵੀਰ ਔਲਖ ਨੇ ਸਟਾਰ ਭੇਜਿਆ ਬਹੁਤ ਬਹੁਤ ਧੰਨਵਾਦ ਜੀ ਰਾਜਵੀਰ ਔਲਖ ਜੀ ਸਟਾਰ ਭੇਜਣ ਵਾਸਤੇ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਰਾਜਵੀਰ ਔਲਖ ਜੀ
ਛੇ ਤਾਂ ਨਹੀਂ ਹੈ ਮੇਰੇ ਹਿਸਾਬ ਨਾਲ, ਛੇ ਤਿੰਨ ਸਕੋਰ ਆ ਵੀਰੇ, ਛੇ ਤਿੰਨ ਜੀ ਸੱਤ ਤਿੰਨ ਆ ਜੀ, ਸੱਤ ਸ਼ੇਰੂ ਤਿੰਨ ਰਵੀ ਸਾਧੀ ਪੋਲਵਾਲ ਜੀ, ਸੱਤ ਤਿੰਨ, ਸੱਤ ਸ਼ੇਰੂ ਤਿੰਨ ਰਵੀ ਸਚਿਨ ਆਈਫੋਨ ਉਹੀ ਹੈ ਭਰਾ ਵੀ ਆਇਆ ਹੋਇਆ ਆਈਫੋਨ ਵਾਲਾ, ਆਈਫੋਨ ਬਦਲਦਾ ਉਹੀ ਹੈ ਬਦਲਦਾ, ਚੰਗੀਆਂ ਗੱਲਾਂ ਨਹੀਂ ਫਿਰ ਯਾਰ ਪਾਰਸ ਬਾਈ, ਯਾਰ ਗਲਤ ਗੱਲ ਆ ਤੁਹਾਡੇ ਆਉਂਦੇ ਬਾਈ, ਤੁਹਾਡੇ ਆਉਂਦੇ ਗਲਤ ਗੱਲ ਆ ਇਹ, ਹਾਂ ਬੈਠ ਕੇ ਨਿਮੇੜੋ ਯਾਰ, ਐਂ ਕਰ ਦਿੰਦਾ ਹੁਣ ਲੈ ਬਹੁਤ ਬਹੁਤ ਧੰਨਵਾਦ ਜੀ ਜਸ ਰਾਓ ਜੀ, ਇੱਕ ਵਾਰ ਫਿਰ ਤੋਂ ਬਾਈ ਸਟਾਰ ਭੇਜਿਆ ਭਰਾ ਨੇ ਆਪਣੇ ਨੇ ਜਸ ਰਾਓ, ਬਹੁਤ ਬਹੁਤ ਧੰਨਵਾਦ ਜੀ ਸਟਾਰ ਭੇਜਣ ਵਾਸਤੇ, ਬਿਲਕੁਲ ਬਿਲਕੁਲ ਫਾਈਨਲ ਮੈਚ ਆ ਜੀ ਸੁਪਰ ਫਾਈਨਲ, ਗੇਮ ਇੱਕੀਆਂ ਦੀ ਆ ਵੀਰੇ, ਇੱਕੀਆਂ ਦੀ ਗੇਮ ਆ ਜੀ, ਪਾਣੀ ਪਿਆ ਦਿਓ ਖਾਲਸਾ ਜੀ, ਪਾਣੀ ਬਹੁਤ ਪੀ ਗਏ ਉਨਾ ਹੀ ਮੁੜ ਕੇ ਰਾਹੀਂ ਨਿਕਲੀ ਜਾਂਦਾ, ਗੁੱਡ ਮਾਰਨਿੰਗ ਜੀ ਜੱਸੀ ਧਾਲੀਵਾਲ ਬੋਡੇ ਬਾਈ, ਸੀਨੀਅਰ ਪਲੇਅਰ ਬਾਈ ਸਟਾਰ ਪਲੇਅਰ ਬਾਈ ਜੱਸੀ ਧਾਲੀਵਾਲ ਬੋਡੇ, ਉਹ ਵੀ ਲਾਈਵ ਨੇ, ਬਹੁਤ ਬਹੁਤ ਸਵਾਗਤ ਆ ਜੀ, ਓਏ ਸਮੈਸ਼ ਓਏ ਮੁੰਡਿਆ ਤਗੜੀ ਸਮੈਸ਼ ਯਾਰ, ਇਹ ਆ ਸ਼ਿਵਮ ਸਹਾਰਨਪੁਰੀ, ਸ਼ਿਵਮ ਮੁੰਡਾ ਸਹਾਰਨਪੁਰ ਵਾਲਾ ਜੀ, ਜੋਲ ਕੈਨੇਡਾ ਬਹੁਤ ਬਹੁਤ ਸਵਾਗਤ ਆ ਜੀ, ਰਣਜੀਤ ਜੋਲ ਕੈਨੇਡਾ ਜੀ ਉਹ ਵੀ ਲਾਈਵ ਨੇ, ਸਟਾਰ ਪਲੇਅਰ ਵੈਲਕਮ ਜੀ, ਫੌਜਾਂ ਦਾ ਜੱਸੀ ਵੀ ਆ ਗਿਆ ਲਾਈਵ ਤੇ ਸਾਡਾ ਵੱਡਾ ਭਰਾ, ਤੇ ਕੈਨੇਡਪੁਰ ਵਾਲਾ ਰਣਜੀਤ ਜੋਲ ਜਾ ਦੱਸਿਆ ਕੈਨੇਡਾ ਦੇ ਵਿੱਚ ਚਰਚਾ, ਕਹਿੰਦੇ ਮੁੰਡੇ ਦੀ ਉੱਧਰ ਵੀ ਉੱਨੀ ਹੋਈ ਹੈ, ਔਰ ਕਹਿੰਦੇ ਸਹਾਰਨਪੁਰ ਯੂਪੀ ਤੇ ਸੱਤ ਨੰਬਰ ਯੂਪੀ ਸ਼ਾਸਤਰੀ ਦੀ ਟੀਮ ਦੇ ਨੇ, ਆਹ ਸਾਹਮਣੇ ਮਾਜਰੇ ਵਾਲੇ ਛੋਟੂ ਨੇ ਬੜਾ ਤਗੜਾ ਪੁਆਇੰਟ ਦਾ ਜਿਹੜਾ ਵਾਧਾ ਕਰ ਦਿੱਤਾ ਹੈ, ਇਹਦੀ ਚੱਲਦੇ ਟਾਈਮ ਦਾ
7 ਤੇ 5 ਦਾ ਮੁਕਾਬਲਾ ਉਹ ਬਾਲ ਓਏ ਰਵੀ ਯਾਰ ਤਗੜੀ ਬਾਲ ਸਵਾਗਤ ਹੈ ਅਰਸ਼ ਕਹਿ ਰਿਹਾ ਵੀ ਵੀਰ ਦਾ ਦਿਲੋਂ ਧੰਨਵਾਦ ਹੈ ਕੱਲ ਵੀ ਫਾਈਨਲ ਚੱਲ ਰਿਹਾ ਸੋਹਣਿਆ ਭਰਾਵਾ ਉਧਰਲੇ ਪਾਸੇ 7 ਹੈ ਇਧਰ 5 ਹੈ ਨਾ ਪੰਡਿਤ ਆਹੀ ਹਿਸਾਬ ਕਿਤਾਬ ਹੈ ਓਕੇ ਓਕੇ ਜੇ ਐਚ ਐਲ ਜੀ ਲਹਿਰਾ ਗਾਗਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਸਾਰੇ ਭਰਾਵਾਂ ਨੂੰ ਗੁੱਡ ਮਾਰਨਿੰਗ ਬਾਂਟੀ ਭੈਣੀ ਜੀ ਪਾਣੀ ਵਾਲੇ ਬਾਬਾ ਜੀ ਆ ਜਾਣਗੇ ਇੱਧਰ ਬਾਈ ਦੋਲੇ ਵਾਲਾ ਪ੍ਰਦੀਪ ਜਿੱਤੇ ਕਰਦਾ ਜੀ ਪਾਣੀ ਪੈ ਰਿਹਾ ਸਚਿਨ ਰਾਣਾ ਗਿਰਾਣਾ ਜੀ ਬਹੁਤ ਬੜੀ ਅਪੁਆਇੰਟ ਗਜ਼ਬ ਠੀਕ ਹੈ ਠੀਕ ਹੈ ਜੱਸੀ ਵੀਰੇ ਬਹੁਤ ਵਧੀਆ ਗੱਲ ਆ ਜੀ ਫਾਈਨਲ ਆ ਫਾਈਨਲ ਬਿਲਕੁਲ ਗੁਰਪਿਆਰ ਵੀਰੇ ਬਾਕੀ ਸਚਿਨ ਇਧਰ ਰਹਿਣਾ ਵੀ ਖੇਡ ਰਿਹਾ ਹੈ ਤੇ ਜਿਹੜੀ ਖੇਡ ਅੱਜ ਸਚਿਨ ਸਟੀਲ ਵਾਲੀ ਨੇ ਦਿਖਾਈ ਹੈ ਤੇ ਉਹ ਵੀ ਚਰਚਾ ਹੋਊਗੀ ਆਉਣ ਵਾਲੇ ਕਈ ਮੇਲਿਆਂ ਤੇ ਵੀ ਵਾਕਈ ਤਕੜਾ ਖੇਡਿਆ ਜਾਂਦਾ ਮੋਹਿਤ ਸ਼ੂਟਿੰਗ ਬਾਲ ਮਾਰੇਗਾ ਬਾਈ ਜੀ 8 ਤੇ 6 ਦਾ ਮੁਕਾਬਲਾ ਹੈ ਨਾ ਓਕੇ ਓਕੇ ਜੱਸੀ ਵੀਰੇ ਠੀਕ ਹੈ ਬਾਈ ਉਹ ਲਾਇਆ ਵਾ ਸੀ ਇੱਕ ਦਿਨ ਸਟੇਟਸ ਦੇਖੀ ਸੀ ਮੈਂ ਫੋਟੋ ਵੀਡੀਓ ਦੇਖੀ ਜੱਸੀ ਪਤਾ ਨਹੀਂ ਪੁਆਇੰਟ ਕਿੰਨੇ ਹੋ ਗਏ ਪੰਡਿਤ ਜੀ 5-8 ਹੈ ਜੀ 8-5 ਪੁਆਇੰਟ ਆ ਜੀ 8-0 5 ਜਿਹੜਾ ਮੈਚ ਹੈ 8 ਨੰਬਰ ਯੂਪੀ ਸ਼ਾਸਤਰੀ 5 ਨੰਬਰ ਸਹਾਰਨਪੁਰ ਯੂਪੀ 3 ਪੁਆਇੰਟਾਂ ਦਾ ਫਰਕ ਹੈ ਨੰਬਰ 9 ਜੋੜਨ ਦੇ ਲਈ ਉਧਰਲੇ ਪਾਸੇ ਤਿਆਰ ਬਰ ਤਿਆਰ ਨੇ ਮੁੰਡੇ ਸੱਜੇ ਪਾਸੇ ਸ਼ਾਸਤਰੀ ਖੜਾ ਮੇਰੇ ਮਿੱਤਰ ਦੁਨੀਆ ਕਹਿੰਦੀ ਵੱਡੀ ਕਲਾਕਾਰੀ ਇਸ ਖਿਡਾਰੀ ਦੇ ਵਿੱਚ ਨਾਲ ਸ਼ਿੰਦੂ ਹੈ ਇੱਕ ਪਾਸੇ ਮਾਜਰੇ ਵਾਲਾ ਛੋਟੂ ਔਰ ਲਵਕੁਸ਼ ਵਰਗੇ ਭੂੜੇ ਵਰਗੇ ਦੁਨੀਆ ਦੇ ਮਹਾਨ ਖਿਡਾਰੀ ਉਹ ਅੱਜ ਕਹਿੰਦੇ ਮੇਰੇ ਮਿੱਤਰ ਘਨੌਰ ਦਾ ਮੇਲਾ ਜਿੱਤਣ ਦੇ ਲਈ ਗੱਭਰੂ ਕਹਿੰਦੇ ਭੱਜੇ ਫਿਰਦੇ ਆ ਜ਼ੋਰ ਲੱਗਿਆ ਹੋਇਆ ਹੈ ਪਰ ਬਹਾਦਰਗੜ੍ਹ ਵਾਲਾ ਜਿੰਨਾ ਟਾਈਮ ਖੜਾ ਨਾ ਇਹਦਾ ਪਤਾ ਕੁੱਝ ਨਹੀਂ ਵੀ ਇਹਨੇ ਕਰ ਕੀ ਦੇਣਾ ਹੈ ਕਹਿੰਦੀ ਮੁੰਡੇ ਦੀ ਖੇਡ ਕਹਿੰਦੇ ਜੱਗੂ ਵੱਖਰੀ ਹੈ ਉਹ ਖੇਡ ਦੇ ਮੈਦਾਨ ਦੇ ਵਿੱਚ ਜਮਾਂ ਕਿਰਪਾ ਮਾਲਕ ਦੀ ਜੱਸੀ ਵੀਰੇ ਘਰ ਪਰਿਵਾਰ ਜਮਾਂ ਓਕੇ ਰਿਪੋਰਟ ਜੀ
ਸਹੀ ਹੈ ਸਹੀ ਹੈ ਜੱਸੀ ਵੀਰੇ, ਫਾਈਨਲ ਆ ਫਾਈਨਲ ਬਿਲਕੁਲ ਜੀ। ਸਾਹਿਲ ਕੁਮਾਰ ਜੀ ਚੁਗਲਾ ਇਹ ਕਰੀ ਜਾਂਦੇ ਮੇਰੀਆਂ, ਨਹੀਂ ਮੇਰਾ ਨਾਂ ਲਿਤਾ ਕੁਛ ਤਾਂ ਕਿਹਾ, ਚਾਹੇ ਚੁਗਲੀ ਕਰੀ ਲਾ ਲਓ। ਪ੍ਰਦੀਪ ਬਾਈ ਦੱਸੋ ਮੈਨੂੰ ਵੀ ਕੀ ਕਿਹਾ, ਨਹੀਂ ਕੋਈ ਨਾਂ ਤਾਂ ਮੇਰਾ ਲਿਤਾ ਚਾਹੇ ਕੋਈ, ਨਹੀਂ ਨਹੀਂ ਸਕੋਰ ਮੇਰੇ ਹਿਸਾਬ ਨਾਲ 8-5 ਹੀ ਆ ਬਾਈ ਯਾਰ। ਗੇਲ ਬਹੁਤ ਤਕੜਾ ਖੇਡਿਆ, ਸਹੀ ਆ ਸਹੀ ਆ ਰਾਓ ਫੈਜ ਜੀ, ਤਕੜਾ ਖੇਡਿਆ ਗੇਲ ਬਾਈ, ਕੋਈ ਸ਼ੱਕ ਨਹੀਂ। ਗੁਰਾਂ ਦਾ ਲਾਲ ਇੱਥੇ ਹੀ ਆ ਜੱਸੀ ਵੀਰੇ, ਉਧਰ ਜੱਸੀ ਪੱਟੇ ਜੀ ਖੇਡ ਵਾਲੀਬਾਲ ਦੀ ਐਟਮ, ਉਹ ਵੀ ਲਾਈਵ ਜਿਹੜੇ ਹੋਏ ਭਰਾ ਸਾਡੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ, ਬਹੁਤ ਸਤਿਕਾਰਯੋਗ ਨੇ ਉਹਨਾਂ ਦੇ ਕਰਕੇ ਵੀ ਜਿਹੜੇ ਜੰਗ ਜਹਾਨ ਵਿੱਚ ਹੁੰਦੇ ਆ। ਇੱਕ ਗੱਲ ਜਿਹੜੀ ਪੱਕੀ ਹੈ ਵੀ ਜਿਹਦੇ ਨਾਲ ਬਹਿਣੀ ਉੱਠਣੀ ਉੱਠਣੀ ਆ ਨਾ ਬੌਂਡੇ ਵਾਲੇ ਦੀ, ਤੇ ਉਹ ਬੰਦੇ ਆਮ ਨਹੀਂ ਹੁੰਦੇ, ਉਹ ਖਾਸ ਹੀ ਹੁੰਦੇ ਆ ਨੌਜਵਾਨਾਂ। ਦਿਲੋਂ ਧੰਨਵਾਦ ਆ ਸਾਡੇ ਵੱਡੇ ਵੀਰ ਦਾ, ਬੌਂਡੇ ਵਾਲਾ ਜੱਸੀ ਵੀ ਲਾਈਵ ਜਿਹੜਾ ਹੋਇਆ, ਸੇਠੀ ਬੜਸਿੰਗਰੀ ਵੈਲਕਮ ਵੈਲਕਮ ਜੀ, ਕਾਲੂ ਚੌਧਰੀ ਵੈਲਕਮ ਜੀ, ਪੁਆਇੰਟ ਬਾਈ ਪੁਆਇੰਟ ਜੀ, 5-8 ਪੁਆਇੰਟ ਆ ਜੀ, 5 ਰਵੀ 8 ਸ਼ੇਰੂ। ਇੱਕੀਆਂ ਦੀ ਗੇਮ ਆ ਜੀ, ਇੱਕੀਆਂ ਦੀ ਗਾਰੰਟੀ ਆ, ਜਾ ਕੇ ਦਿਖਾ ਹਿੱਲ ਕੇ ਗੇਮ ਦਾ ਪੂਰੇ ਗਾਣਾ ਦਾ 5-8 ਦੀ 5 ਨੰਬਰ ਪੰਜਾਬ ਬ੍ਰਦਰਜ਼ ਕਲੱਬ, 7 ਨੰਬਰ ਯੂਪੀ ਔਰ 8 ਨੰਬਰ ਜਿਹੜੇ ਯੂਪੀ ਸ਼ਾਸਤਰੀ ਦੀ ਟੀਮ ਦੇ ਜੀ, 3 ਪੁਆਇੰਟਾਂ ਦਾ ਫਰਕ ਹੈ। ਸਚਿਨ ਰਾਣਾ ਅਗਲੀ ਸਰਵਿਸ ਕਰਨ ਦੇ ਲਈ ਤਿਆਰ ਬਰ ਤਿਆਰ, ਦਿਖਾਣੇ ਵਾਲਾ ਲੈਫਟੀ ਖੇਡ ਰਿਹਾ ਹੈ। ਇੱਕ ਤਾੜੀ ਮਾਰੋ ਯਾਰ ਢਾਬਾ ਵਾਲੇ ਦੇ ਲਈ, ਦੇਖੋ ਮੁੰਡੇ ਨੇ ਕਿੰਨੀ ਸੋਹਣੀ ਬਾਲ ਲਾਈ ਆ ਨੌਜਵਾਨ, ਗੱਭਰੂ ਨੇ ਕਮਾਲ ਜਿਹੜੀ ਕਰ ਦਿੱਤੀ 8-5 ਦੀ ਟੱਕਰ ਜਿਹੜੀ ਉਹ ਖੇਡ ਗਰਾਊਂਡ ਦੇ ਵਿੱਚ ਆ। 21 ਜਿਹੜੇ ਮੇਰੇ ਮਿੱਤਰ ਖੇੜੀ ਟੀਮ ਨੇ ਪਹਿਲਾਂ 21 ਬਣਾ ਦਿੱਤੇ ਤੇ ਮਿੱਤਰਾਂ ਉਹਨੇ ਜਿੱਤ ਜਾਣਾ ਹੈ। ਹੁਣ 21 ਨੰਬਰ ਪਹਿਲਾਂ ਕੌਣ ਜੁੜਦਾ ਸਮੇਂ ਦੀਆਂ ਉਹ ਬਾਤਾਂ ਹੋਣਗੀਆਂ ਮੇਰੇ ਮਿੱਤਰਾਂ, ਹੁਣ ਉੱਧਰ ਨੰਬਰ 9 ਜੁੜਦਾ ਜਾਂ ਸਰਵਿਸ ਚੇਂਜ ਹੋਵੇਗੀ ਮੇਰੇ ਮਿੱਤਰੋ, ਪਰ ਇੱਧਰ ਵੀ ਕਹਿੰਦੇ ਕਮਾਲ ਹੋਈ ਪਈ ਹੈ। ਵੇਲਾ ਮੇਰੇ ਮਿੱਤਰੋ ਬੜਾ ਟੱਪ ਦਾ, ਉਹ ਬੱਲੇ 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 ਸਵਾਦ ਨੌਜਵਾਨ। ਗਰਲਾਲ ਦੀ ਦੁਨੀਆ ਦੀਵਾਨੀਆਂ 'ਚ ਕੋਈ ਸ਼ੱਕ ਨਹੀਂ ਜੱਸੀ, ਬਹੁਤ ਬਹੁਤ ਧੰਨਵਾਦ, ਬਸ ਆਹੀ ਗੱਲਾਂ ਕਰਕੇ ਮਨੀਸ਼ਾ ਦੇਵਾ ਨੇ ਮਿਲਣਾ ਕਹਿੰਦਾ, ਗਰਲਾਲ ਦੀ ਫੈਨ ਆ ਮੈਡਮ ਮਨੀਸ਼ਾ ਦੇਵਾ। ਦੇਖਾ ਬਾਈ ਕੀ ਮਨੀਸ਼ਾ ਦੇਵਾ, ਅੱਛਾ ਜਿਹੜੇ ਇਹਨਾਂ ਦੇ ਆਏ ਸੀ ਉਹੀ, ਧੰਨਵਾਦ ਜੀ ਧੰਨਵਾਦ, ਸ਼ੁਕਰੀਆ ਮਿਹਰਬਾਨੀ।
ਹੈਲੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਾਈ ਜੱਸੀ ਬੋਡੇ ਵਾਲਾ, ਸਾਡੀ ਜ਼ਿੰਦਗੀ ਦਾ ਮਾਣ ਅੱਜ ਵੇਲੇ ਮੋਗੇ ਦਾ। ਔਰ ਕਹਿੰਦੇ ਮੇਰੇ ਮਿੱਤਰੋ ਜੰਪ ਵਾਲਾ ਭਰਾ ਸਾਡਾ, ਅਤੇ ਦੁਨੀਆ ਪਿਆਰ ਕਰਦੀ ਹੈ, ਸੱਤ ਸਮੁੰਦਰੋਂ ਪਾਰ ਚੜ੍ਹਦੇ ਹੁੰਦੇ ਆ। ਜਿਹੜੀ ਗੱਲ ਵੀਰ ਨੇ ਕਹਿ ਦਿੱਤੀ ਤੇ ਉਹ ਪੱਥਰ ਤੇ ਲੀਕ ਆ ਮੇਰੇ ਮਿੱਤਰੋ, ਤੇ ਕਹਿੰਦੀ ਕਰਨੀ ਦਾ ਬੜਾ ਪੱਕਾ ਪਰੇ ਵੀ ਢਾਬਾ ਵਾਲੇ ਲਈ ਕੋਈ ਤਾੜੀ ਤੋੜੀ ਹੈਗੀ ਕਿ ਨਹੀਂ ਯਾਰ, ਤਾੜੀ ਮਾਰ ਦੋ ਜ਼ੋਰਦਾਰ। ਵਾਹ ਵੀ ਢਾਬਾ ਵਾਲਿਆ ਦੀ ਗੱਭਰੂ ਦੀ ਖੇਡ ਵਿੱਚ ਚੱਤ ਵਾਲੇ ਨਸਰਾਂ ਤੇ ਅੱਖਾਂ ਵਿੱਚੋਂ ਝਲਕੇ ਸ਼ੈਤਾਨੀ ਮਿੱਤਰੋ, ਦੀਵਾਨੀ ਮਿੱਤਰੋ, ਸ਼ੇਰੂ ਦੀ ਤਾਂ ਦੁਨੀਆ ਦੀਵਾਨੀ ਗੱਭਰੂ ਦੀ। ਬਹੁਤ ਤਗੜਾ ਪੁਆਇੰਟ ਜੋਬਰ ਨੇ ਜੋੜਿਆ ਆਪਣੀ ਟੀਮ ਦੇ ਲਈ। ਇਹ ਵੀ 8 ਪੰਜੀਆਂ ਲਈ 9 ਹੋ ਗਏ, 9-5 ਐਵਰੇਜ 9-5 ਅੱਧ ਦਾ ਫਰਕ ਹੈ ਬਹਾਦਰਗੜ੍ਹ ਵਾਲਿਆ। ਔਰ ਮੈਨੂੰ ਪਾਣੀ ਸਿਰ ਤੋਂ ਲੰਘਦਾ ਲੱਗਦਾ, ਹੱਲ ਕੋਈ ਨਾ ਕੋਈ ਕਰਨਾ, ਇੱਥੇ ਰੋਕਣੇ ਪੈਣਗੇ ਤੇ ਕਈ ਇੰਨਾ ਤੰਗ ਬੜਾ ਕਰਨਾ, ਮੁੰਡੇ ਮੈਨੂੰ ਰੋਕਣ ਦੇ ਮੂਡ ਚ ਲੱਗਦੇ ਨੀ ਪਏ। ਕਹਿ ਗਹਾਣੇ ਵਾਲੇ ਨੂੰ ਤੇ ਜਾਂ ਜਿਹੜਾ ਮੁੰਡਾ ਨੇੜਦੇ ਖੇਡਦਾ ਉਹਨੂੰ ਕਹਿ ਵੀ ਕੋਈ ਨਾ ਕੋਈ ਆਉਂਦੀ ਜਾਂਦੀ ਬਾਲ ਫੜੇ ਤੇ ਫੇਰ ਸਿਰੇ ਲੱਗ ਜਾਣੀ ਹੈ। ਗੁੱਡ ਮਾਰਨਿੰਗ ਸੂਰਜ ਗੇਰੀਆਂ ਜੀ, 10-5 ਹੋ ਗਏ ਵੀਰੇ, 10-5 ਗੁੱਡ ਮਾਰਨਿੰਗ ਜੀ, ਚੌਧਰੀ ਰਵੇਸ਼ ਗੁੱਜਰ ਜੀ, ਨੀਰਜ ਢਾਬਾ ਜੀ, ਵੈਲਕਮ ਸਾਰੇ ਭਰਾਵਾਂ ਦਾ ਸਵਾਗਤ ਵੀਰੇ। ਜੂਮ ਕਰ ਦਿੰਦੇ ਹਾਂ ਬਾਈ, ਕਿੰਨਾ ਕੁ ਜੂਮ ਕਰੀਏ ਸੋਹਣੇ ਵੀਰ, ਲਾਹੌਰ ਕਰ ਦਿੰਦੇ ਹਾਂ ਜੂਮ ਬਾਈ, ਲਓ ਜੀ ਉਹ ਤਾਂ ਉਹ ਬੈਠੇ ਉਹ ਤਾਂ ਉਹ ਬੈਠਾ ਲੈਣ 'ਚ ਮੈਚ ਦੇਖ ਰਿਹਾ ਬਾਈ ਜੀ, ਜ਼ਿਆਦਾ ਕੀ ਬਣੇ ਦੱਸੋ ਮੇਰਾ ਵੀਰ ਬਾਈ ਜੀ, ਅਰਸ਼ ਬਾਈ ਦੇ ਨਾਲ ਸੰਪਰਕ ਕਰੋ ਮੇਰਾ ਭਰਾ ਵੀਰ, ਜਿਹੜੇ ਭਰਾਵਾਂ ਦੀ ਚਾਹ ਪਾਣੀ ਤੇ ਡਿਊਟੀ ਸੀ ਜੀ ਬਾਈ ਅਰਸ਼ ਉੱਤੇ ਕਰਦਾ, ਮੇਰਾ ਵੀਰ ਬਣ ਕੇ ਮਿਲੋ ਇੱਕ ਰਹਿਣਾ ਕੇ 21 ਦਾ ਫਾਈਨਲ, 21 ਦਾ ਵੀਰੇ ਹੈਗਾ ਵੀ ਬਹੁਤ ਇਹਦਾ ਚਲਾ ਦਾ ਕੱਪਾ ਹੋਰ ਆਉਣਾ ਹੀ ਲੋਟ ਤੇ ਵਾਈਫਾਈ ਕਰ ਕਰੇ ਉਹਨਾਂ ਕੋਲ ਚਲਾ ਕਰੇ ਕਿਵੇਂ ਕਰ, ਬਹੁਤ ਔਖਾ ਲਾਈ ਚਲਾਇਆ। ਸਤਿ ਸ਼੍ਰੀ ਅਕਾਲ ਜੀ, ਹਰਸੂ ਅਰੋੜਾ ਜੀ, ਸਤਿ ਸ਼੍ਰੀ ਅਕਾਲ, ਗੁਰਪ੍ਰੀਤ ਭਦੇਰ ਉੱਪਲ ਬੱਸੀਆਂ ਵਾਲੇ ਗੰਗੋਰਾਂ ਵਾਲੇ ਕਹਿ ਦੀ ਇੱਕੋ ਹੀ ਗੱਲ ਆ, ਵੈਲਕਮ ਜੀ ਗੁਰਪ੍ਰੀਤ ਜੀ। ਬਸੀ ਬਾਈ ਸਕੋਰ ਹੈ ਜੀ 5-10 ਬਾਈ, 5 ਰਵੀ, 10 ਸ਼ੇਰੂ। ਲੈ ਵੀ 5-10 ਦਾ ਮੁਕਾਬਲਾ ਵੱਡਾ ਫਰਕ ਪੈ ਚੁੱਕਿਆ ਹੈ, ਔਰ ਗੁਰਪ੍ਰੀਤ ਭਦੇਰ ਉੱਪਲ ਬੱਸੀਆਂ ਗੰਗੋਰਾਂ ਵਾਲੇ ਉਹ ਵੀ ਜੁੜ ਗਏ ਆ ਆਪਣੇ ਵੱਡੇ ਕੱਪ ਦੇ ਨਾਲ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਕਰਾਂਗਾ।
ਪਰ ਇੱਧਰ ਮਾਜਰੇ ਵਾਲੇ ਨੇ ਕਹਿੰਦੇ ਕਮਾਲ ਦਾ ਇੱਕ ਹੋਰ ਅੰਕ ਆਪਣੀ ਟੀਮ ਦੇ ਖਾਤੇ ਵਿੱਚ ਜੋੜ ਦਿੱਤਾ ਹੈ। ਰਿਕਾਰਡ ਬੋਲਦੇ ਮੁੰਡਿਆਂ ਦੇ ਮੇਰੇ ਮਿੱਤਰੋ ਵੀ ਲੋਕਾਂ ਦੇ ਦਿਲਾਂ ਚ ਰਿਕਾਰਡ ਸਾਡੇ ਬੋਲਦੇ ਬੋਲਦੇ ਉਹ ਬੰਦੇ ਮੋਹੜੀਆਂ ਦੇ ਵਿੱਚ ਠੁੱਕ ਯਾਰਦੀ ਤੇ ਵੈਰੀ ਡਰਦੇ ਲਵਾਉਂਦੇ ਪਹਿਰੇ ਦਿਨ ਰਾਤ ਦੇ ਉਹ ਸੋਚ ਲਈ ਨਾ ਕਿੱਦਾਂ ਵੀ ਡਰ ਆ ਬਈ ਬੜੇ ਭੈੜੇ ਆ ਨਤੀਜੇ ਸਾਡੀ ਲਾਗ ਡਾਂਟਦੇ ਸੋਚ ਲਈ ਨਾ ਗਿਆਰਾਂ ਪੰਜ ਤੋਂ ਸਾਈਡਾਂ ਚੇਂਜ ਆ ਜੀ ਤੇਰਾ ਨਾਂ ਕੀ ਆ ਉਹ ਬਾਬੇ ਲਾ ਦੇ ਉਹ ਤਾਂ ਓਕੇ ਓਕੇ ਹਰਸੂ ਰੋੜਾ ਬਾਈ ਜੀ ਠੀਕ ਹੈ ਜੀ ਪ੍ਰਾਈਜ਼ ਹੈਗਾ ਵੀਰੇ ਆਪਣਾ ਜਿਹੜਾ 25,000 15,000 ਵੀਰੇ ਗਿਆਰਾਂ ਪੰਜ ਆ ਵੀਰੇ ਗਿਆਰਾਂ ਪੰਜ ਜੀ ਸਰਵਿਸ ਫਿਰ ਤੋਂ ਚੇਂਜ ਹੋ ਚੁੱਕੀ ਹੈ 5-11 ਵਧੀਆ ਮੈਚ ਹੈ ਦੋਨੋਂ ਟੀਮਾਂ ਦੇ ਵਿੱਚ ਵੱਡੇ ਖਿਡਾਰੀ ਖੇਡ ਰਹੇ ਨੇ ਅੱਗੇ ਹੁਣ ਕਹਿੰਦੇ ਸਚਿਨ ਆ ਗਿਆ ਸੱਜੇ ਪਾਸੇ ਬਹਾਨੇ ਵਾਲਾ ਲਿਫਟੀ ਪਿਛਾਂ ਹੋ ਗਿਆ ਹੈ ਹਰ ਨਾਲ ਮੈਂ ਤੱਕ ਰਿਹਾ ਵੀ ਸ਼ੁਭਮ ਮਾਹੀਰ ਵਧੀਆ ਮੈਚ ਦਿਖਾ ਰਹੀਆਂ ਟੀਮਾਂ ਦੋਨੋਂ ਇੱਧਰਲੇ ਪਾਸੇ 5-6 ਹੁਣ ਕੌਣ ਕਰੂਗਾ ਗੱਲ ਤੇ ਟਾਈਮ ਟਾਈਮ ਦੀ ਆ ਵੀ ਕੌਣ ਕੌਣ ਦਿੰਦਾ ਸਾਡੇ ਹੱਕ 'ਚ ਗਵਾਹੀ ਹੈ ਤੇ ਕੌਣ ਕੌਣ ਚਾਹੁੰਦਾ ਸਾਡੀ ਦੇਖਣੀ ਤਬਾਹੀ ਹੈ ਬਈ ਕਿਹਨੇ ਕਰਨੇ ਆ ਪਿੱਠ ਪਿੱਛੇ ਵਾਰ ਉਹ ਮਿੱਤਰਾਂ ਨੂੰ ਸਭ ਖਬਰਾਂ ਬਈ ਕਿੰਨੇ ਦੁਸ਼ਮਣ ਕਿੰਨੇ ਸਾਡੇ ਯਾਰ ਮਿੱਤਰਾਂ ਨੂੰ ਸਭ ਖਬਰਾਂ ਇਹਦੇ ਕਰਨੇ ਪੈਣਗੇ ਬਹਾਦਰਗੜ੍ਹ ਵਾਲਿਆ ਬੇਟਾ ਢਾਬਾ ਵਾਲਾ ਕਿੱਥੇ ਕਿਤੇ ਖੜਾ ਇਹਦੇ ਗੁੱਟਾਂ ਤੇ ਜੇ ਕੋਈ ਲਾ ਦੇ ਬਾਲ ਤੇ ਤੈਨੂੰ ਤਾਂ ਮੰਨੀਏ
ਜਿਹੜੇ ਬੈਸਟ ਖਿਡਾਰੀ ਆ ਉਹਨਾਂ ਦੇ ਲਈ 3100 ਰੁਪਈਆ ਦਿੱਤਾ ਜਾਵੇਗਾ। ਗੱਲ ਕਹਿੰਦੇ ਵੱਡੇ ਮਾਨਾ ਸਨਮਾਨਾਂ ਦੀ ਹੈ ਕਿ ਜਿਹੜੇ ਖਿਡਾਰੀ ਕਮੇਟੀ ਵਾਲੇ ਵੀਰ ਕਹਿੰਦੇ ਵਧੀਆ ਪ੍ਰਦਰਸ਼ਨ ਕਰਨਗੇ, ਇਹ ਮਾਣ ਆਪਾਂ ਉਹਨਾਂ ਨੂੰ ਦੇਣਾ ਜ਼ਰੂਰ ਜਿਹੜਾ ਬਣਦਾ ਹੋਊਗਾ। ਇੱਧਰ ਢਾਬਾ ਵਾਲੇ ਸ਼ੇਰੂ ਨੇ ਫਿਰ ਪੁਆਇੰਟ ਦਾ ਵਾਧਾ ਕਰ ਦਿੱਤਾ ਹੈ, 11-5। ਫਾਈਨਲ ਮੈਚ ਆ ਜੀ ਮਨਜੋਤ ਝਮੜ ਕਨੇਡਾ ਦੀ ਫਾਈਨਲ ਮੈਚ ਵੀਰੇ। ਮੜਾ ਕਹੀਂ ਕਿ ਜੋਧਾ ਆਇਆ ਵਿਆ ਆਲ ਉੱਪਰ ਵਾਲਾ, ਵਾਹ ਜੀ ਵਾਹ, ਨਾਲ ਹੀ ਕਹਿੰਦੇ ਜੋਧਾ ਪੁੱਜਿਆ ਹੋਇਆ ਆਲ ਉੱਪਰ ਵਾਲਾ, ਬਹੁਤ ਬਹੁਤ ਧੰਨਵਾਦ। ਔਰ ਉਧਰਲੇ ਪਾਸੇ ਭਰਾ ਸਾਡਾ ਮਨਜੋਤ ਢਿੱਲੋ ਝਮਟ ਵਸਦਾ ਵਿੱਚ ਕਨੇਡਾ ਦੇ, ਉਹ ਵੀ ਸਾਡਾ ਭਰਾ ਲਾਈ ਤੇ ਹੈ, ਲਵੀ ਨੰਬਰ 12ਵਾਂ ਜੁੜ ਗਿਆ ਨਾ ਪੰਡਤ 12 ਹੋ ਗਏ। ਇੱਕੋ ਹੀ ਇੱਕ ਬੰਦਾ ਜਿਹਦੀ 7 ਪਿੰਡਾਂ ਦੀ ਵੋਟ ਪੜੇ ਹੀੜੀ ਸਾਰੀਆਂ ਹੈ ਚੰਡੀਗੜ੍ਹ ਚਲੇ 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 ਜੋ ਰਵੀ ਕੀ ਚਾਬੀ ਹੈ ਟੈਨਸ਼ਨ ਨਾ ਲਓ ਬਾਈ। ਠੀਕ ਆ ਜੀ ਮੇਅਰ ਪੰਚਾਇਤੀ ਜੀ ਜੱਸਾ ਲੂਜ਼ ਕਰ ਗਿਆ ਸੀ ਰਵੀ ਨੂੰ ਵੀਰੇ ਸੈਮੀਫਾਈਨਲ ਮੈਚ ਜੀ। ਵੱਡਾ ਫਰਕ ਆ ਪ੍ਰਾਈਜ਼ ਦਾ ਵੀ ਪਰ ਬਾਹਰ ਆਊਟ ਹੈ ਨੰਬਰ 6-12 ਪੁਆਇੰਟ ਆ ਜੀ 6 ਰਵੀ 12 ਸ਼ੇਰੂ ਫਸਟ ਪ੍ਰਾਈਜ਼ 25,000 ਆ ਜੀ ਬੋਲਰ ਗੁਜਰ ਜੀ ਬੈਸਟਾਂ ਨੂੰ 3100 ਜੋਧਪੁਰੀਆ ਸੈਮੀ ਹਰ ਗਈ ਵੀਰੇ ਯੂਪੀ ਸ਼ਾਸਤਰੀ ਨੂੰ, ਬਹੁਤ ਤਕੜਾ ਖੇਡੀ 1-2 ਨੰਬਰਾਂ 'ਤੇ ਹਰੀ। ਚੌਧਰੀ ਸਾਬਿਰ ਬਾਈ ਕਿਆ ਹਾਲ ਹੈ ਉਮੀਦਾਂ ਵਾਲੇ ਬਾਈ, ਨਹੀਂ ਨਹੀਂ ਪੁਆਇੰਟ ਨਹੀਂ ਕਾਊਂਟ ਹੁੰਦੇ ਵੀਰੇ, ਜਿਹੜਾ ਵਧੀਆ ਲੱਗੂ ਕਮੇਟੀ ਨੂੰ ਉਹ ਦੇਣਾ ਜੀ। ਗੁਰੀ ਮਰਾੜ ਵੀਰੇ ਸਕੋਰ ਹੈਗੇ ਜੀ 6-12 6 ਰਵੀ 12 ਸ਼ੇਰੂ। ਸੱਤ ਤੇ 12
ਰਸਪਿੰਦਰ ਸੋਈ ਫਰਵਾਲੀ ਵੀਰੇ ਮੈਚ ਵਾਲੇ ਲੰਬੇ ਲੰਘੇ ਰਸਪਿੰਦਰ ਲੈ ਵੀ ਅੱਠ ਹੋ ਗਏ ਪੁਆਇੰਟ ਬਾਈ ਯਾਰ ਤਾੜੀ ਮਾਰ ਦੋ ਇੱਕ ਵਾਰੀ ਸਹਾਰਨਪੁਰ ਵਾਲੇ ਮੁੰਡਿਆਂ ਦੇ ਲਈ ਵੀ ਅੱਠ ਤੇ ਬਾਰਾਂ ਹੌਲੀ ਹੌਲੀ ਕਰਕੇ ਨੇੜੇ ਤੇੜੇ ਲੱਗਦੇ ਜਾਂਦੇ ਆ ਮੁੰਡੇ ਅੱਠ ਬਾਰਾਂ ਚਾਹ ਵਾਲਿਆ ਤੇ ਰਹੀਆਂ ਰਾਮ ਬਹੁਤ ਸਮੇਂ ਦੇ ਉਡੀਕੀ ਜਾਂਦੇ ਸੋਹਣੇ ਵੀਰ ਆ ਜਾਓ ਅੱਠ ਬਾਰਾਂ ਰਵੀ ਦਾ ਸੈਮੀ ਥਾ ਭਾਈ ਰਵੀ ਵਿਨਰ ਥਾ ਜੀ ਜੱਸੇ ਸੇ ਜਿੰਨਾ ਪਿਆਰਾ ਨਾਮ ਤੇ ਉਹਨਾਂ ਹੀ ਸੋਹਣਾ ਅੰਕ ਮੁੰਡੇ ਨੇ ਜੋੜਿਆ ਆਪਣੀ ਟੀਮ ਦੇ ਲਈ ਚੰਗੀ ਤਰ੍ਹਾਂ ਪਤਾ
ਠੀਕ ਯਾਰ ਚਾਹੇ ਤੇਰੇ ਸਾਕੇ ਪਿੰਡ ਆ ਉੱਥੇ ਵੀ ਨਹੀਂ ਪੰਗਾ ਲੈਂਦਾ ਹੋਰ ਤੂੰ ਇੱਥੇ ਕੀ ਕਹਿੰਦਾ ਤਾਦੇ ਪਿੰਡ ਨਹੀਂ ਇਹ ਕਰਮਾ ਪੈਂਦਾ ਲਾਜੀ ਕਰੇ ਚਾਹ ਦੇ ਚਾਹ ਵਾਲਾ ਚਾਹ ਜ਼ਰੂਰ ਛਕ ਲਓ ਮੇਰਾ ਵੀਰ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗਗਨ ਜੀ ਚਾਹ ਨਹੀਂ ਦੁੱਧ ਹੀ ਆ ਹੁਣ ਤਾਂ ਕਿੰਨੇ ਕਿੰਨੇ ਪੁਆਇੰਟ ਆ ਸੇਮ ਆਸਟ੍ਰੇਲੀਆ ਜੀ ਸਕੋਰ ਕਰਦੇ ਆ ਪਤਾ ਜੀ 13 8 ਪੁਆਇੰਟ ਆ ਜੀ 13 ਤੇ 8 ਦੀ ਟੱਕਰ ਆ ਜੀ 13 ਤੇ 8 13 ਨੰਬਰ ਯੂਪੀ ਸ਼ਾਸਤਰੀ ਔਰ 8 ਨੰਬਰ ਜਿਹੜੇ ਸਹਾਰਨਪੁਰ ਦੀ ਟੀਮ ਦੇ ਜੀ 13 ਤੇ 8 ਬੜਾ ਸੋਹਣਾ ਮੁਕਾਬਲਾ ਜਿਹੜਾ ਖੇਡਦੇ ਮੈਦਾਨ ਵਿੱਚ ਆਪਾਂ ਗੱਲ ਕਰ ਰਹੇ ਹਾਂ ਵੀ 13 ਤੋਂ 14 ਹੋਣਗੇ ਜਾਂ 8 ਤੋਂ 9 ਇਹ ਗੱਲ ਸਮੇਂ ਦੀ ਹੈ ਇੱਧਰ ਸਾਡੇ ਬਹੁਤ ਸਤਿਕਾਰ ਦੇ ਜੋ ਖਾਲਸਾ ਦੀ ਲੰਗੀਆਂ ਨੇ ਤੋਂ ਆਈ ਬੜੀ ਲੰਬੀ ਦੂਰੀ ਤੈਅ ਕੀਤੀ ਹੈ ਚਾਹ ਪਾਣੀ ਦੀ ਸੇਵਾ ਤੁਰ ਫਿਰ ਕੇ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੈਪੁਰ ਬਾਈ ਰਵੀ ਸੇ ਜੀ ਸਹਾਰਨਪੁਰ ਯੂਪੀ ਸੇ ਲੂਜ ਗਿਆ ਥਾ ਬਾਈ ਜੈਪੁਰ ਨੇ ਵਧੀਆ ਵਧੀਆ ਲੱਕੀ ਖਰਾੜ ਰਾਧੇ ਖਟਕ ਪਕਾਉਣ ਵਾਲਾ ਵਧੀਆ ਬਾਈ ਜੀ 13 8 ਪੁਆਇੰਟ ਆ ਜੀ 13 ਸ਼ੇਰੂ 8 ਰਵੀ ਕਿਹਦਾ ਪਾਉਣਾ ਰੇ 8 13 ਕਹਿ ਪ੍ਰਾਈ ਫੇਰ ਪਹਿਲਾਂ ਰੇ ਪਵਾ ਕੇ ਜਾਓ ਬਹੁਤ ਸੋਹਣਾ ਮੈਚ ਚੱਲ ਰਿਹਾ ਦੋਨੋਂ ਟੀਮਾਂ ਦੇ ਖਿਡਾਰੀ ਬੜਾ ਜ਼ੋਰ ਲਾ ਰਹੇ ਹੈ ਔਰ ਬਹੁਤ ਮੁਬਾਰਕਾਂ ਨੇ ਸਾਰੇ ਨਗਰ ਨੂੰ ਸਕੋਰ ਮੇਰੇ ਹਾਂ ਮੇਲਾ ਜਿਹੜਾ ਭਰਾਵਾਂ ਦਾ ਸਫਲ ਦਾ ਲਗਭਗ 13 ਠੀਕ ਹੈ ਲਵ ਕੁਛ ਥੋੜਾ ਸਮਾਂ ਬਾਕੀ ਆ ਹੈ ਇਹ 13 ਠੀਕ ਹੈ ਸਿਰਜਾ ਜਾ ਰਿਹਾ 13 ਖਬਰੇ ਪਾਟ 13 8 ਜੀ 21 ਦੀ ਗੇਮ ਆ 13 8 ਲੈ ਯਾਰ ਆ
ਹਾਂਜੀ ਹਾਂਜੀ ਫਾਈਨਲ ਆ ਵੀਰੇ ਲੋ ਸਿਰਾ ਓਏ ਸੋਟੂ ਯਾਰ ਸਿਰਾ ਡਿਫੈਂਸ ਮੁਕਾਬਲਾ ਖੇਡਿਆ ਜਾ ਰਿਹਾ ਢਾਬਾ ਸ਼ੁਰੂ ਆ ਤੇ ਨਾਲ ਔਰ ਕਹਿੰਦੇ ਮਾਜਰੇ ਵਾਲਾ ਕਿਆ ਬਾਤ ਹੈ ਹੋ ਗਏ ਪਾਣ ਬਾਈ ਜੀ ਫੋਨ ਚੱਕ ਲਓ ਸਿਸਟਮ ਕੋਲ ਪਿਆਰੂ ਚਿਹਰਾ ਲੱਗਿਆ ਫੋਨ ਚਾਰਜ ਵਗੈਰਾ ਇਹ ਵੀਰੇ ਫੋਨ ਦੇ ਕਾਰਨ ਨਹੀਂ ਹੁੰਦਾ ਹਾਂਜੀ ਹਾਂਜੀ ਫਾਈਨਲ ਆ ਫਾਈਨਲ ਵੀਰੇ ਫੋਨ ਹੀ ਆ ਰਹੇ ਨੇ ਇੱਧਰ ਸਾਈਡ ਤੇ ਰੱਖ ਲਈ ਸਰਦਾਰ ਜੀ ਹਾਂ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਕੋਰ 14 ਹੋ ਗਏ 14-8 ਸਕੋਰ ਹੈ ਜੀ 14-8 ਵੀਰੇ 14 ਸ਼ੇਰੂ 8 ਰਵੀ ਪਾਣੀ ਪੀਣੀ ਪਿਆ ਮੁੰਡੇ ਨੂੰ ਨਿਰਮਲਾ ਪਾਣੀ ਪੀਣੀ ਪਿਆ ਮੁੰਡੇ ਨੂੰ ਇਹ ਠੀਕ ਹੈ ਇਹਨਾਂ ਦੀ ਜ਼ਿੰਦਗੀ ਹੈ ਨਾ ਕਿ ਫਿਕਰ ਨਾ ਕਿ ਫੱਕ ਹੈ ਠੀਕ ਹੈ ਜਲ ਪਾਣੀ ਛੱਕ ਲਿਆ ਤੇ ਆਓ ਬਾਈ ਗਰਾਊਂਡ ਦੇ ਵਿੱਚ ਹਾਲੇ ਤਾਂ 15-15 ਤਿੰਨ ਪਏ ਆ ਓਕੇ ਓਕੇ ਜੀ ਜੱਗਾ ਦਾਨੇਵਾਲ ਜੀ ਜੇ ਰਵੀ ਮੈਚ ਉੱਤੇ 1100 ਪਲੱਸ ਕੱਪ ਜੱਗੇ ਦਾਨੇਵਾਲ ਉਧਰ ਜੱਗਾ ਭਰਾ ਸਾਡਾ ਦਾਨੇਵਾਲ ਪਿੰਡ ਆ ਸਾਡੇ ਵੀਰ ਦਾ ਮਲੋਟ ਦਾ ਇਲਾਕਾ ਹੈ ਤੇ ਉਹ ਭਰਾ ਕਹਿੰਦਾ ਵੀ ਜੇ ਬਹਾਦਰਗੜੀਆ ਰਵੀ ਮੈਚ ਜਿੱਤੇ ਤੇ 1100 ਪਲੱਸ ਕੱਪ ਤੇ ਪਲੱਸ ਕੱਪ ਦੇ ਦਿਆਂਗੇ ਆਪਾਂ ਬਹੁਤ ਵੱਡੀ ਮੁਬਾਰਕਬਾਦ ਆ ਭਰਾਵਾਂ ਸਾਡਿਆਂ ਨੂੰ ਦਾਨੇਵਾਲ ਦੀ ਧਰਤੀ ਤੇ ਕਹਿੰਦਾ ਇੱਕ ਵੱਡਾ ਮਹਾਕੁੰਭ ਹੋਇਆ ਕਾਸਕੋ ਕ੍ਰਿਕਟ ਦਾ ਤੇ ਇਤਿਹਾਸ ਰਚਿਆ ਗਿਆ ਰਹਿੰਦਾ ਮੈਨੂੰ ਲੱਗਦਾ ਹਰ ਇੱਕ ਬਹੁਤ ਟੌਪ ਦਾ ਟੂਰਨਾਮੈਂਟ ਹੋਇਆ ਮੇਰੇ ਮਿੱਤਰੋ ਦਾਨੇਵਾਲ ਦੀ ਧਰਤੀ ਤੇ ਉੱਥੋਂ ਜਿੱਤ ਗਈ ਜੰਗਲੀ ਫਸਟ ਸੈਕੰਡ ਕਾਤਰੋਂ ਮੇਰੇ ਨਜ਼ਰਾਂ ਨੇ ਲੈ ਲਿਆ ਸਾਨੂੰ ਮੇਰੇ ਤੋਂ
ਓਏ ਤਗੜੀ ਬਲੌਕ ਕਰੀ ਸੀ ਮੁੰਡੇ ਨੇ ਪਰ ਵਾਲ ਆਊਟ ਲੰਘੀ ਬਹੁਤ ਤਗੜਾ ਬਲੌਕ ਕਰਾਇਆ ਸੀ ਸਿਫਨ ਨੇ ਯਾਰ ਸਹਾਰਨਪੁਰੀਏ ਨੇ ਪੂਰਾ ਹੱਸਿਆ ਨੀ ਸਰ ਮੈਂ ਇੱਕ ਵਾਰੀ ਤੈਨੂੰ ਵੀ ਬਲੌਕ ਕਰਨੀ ਪੈਣੀ ਸੋਹਣੇ ਵੀਰ ਇਹ ਵੀ ਤਾਲੀ ਮਾਰ ਦੋ ਯਾਰ ਸ਼ਿਵਨ ਦੇ ਲਈ ਦਿਨ ਤੇ ਬਹੁਤ ਸੋਹਣਾ ਖੇਡੀ ਆਉਂਦਾ ਮੁੰਡਾ ਔਰ ਬਾਲ ਬਹੁਤ ਬੜੀ ਵਧੀਆ ਕੀਤੀ ਹੋ ਬੇਸ਼ੱਕ ਬਾਲ ਆਊਟ ਹੈ ਪਰ ਵੱਡਾ ਜਿਗਰਾ ਚਾਹੀਦਾ ਹੌਸਲਾ ਚਾਹੀਦਾ ਇੱਦਾਂ ਦੀਆਂ ਬਾਲਾਂ ਅੱਗੇ ਹੱਥ ਕਰਨ ਦੇ ਲਈ ਔਰ ਨੰਬਰ ਇੱਕ ਹੋਰ ਵੱਧ ਗਿਆ 15-16 ਹੋ ਗਏ ਪੰਡਤ ਦਾ ਬਾਈ ਮਿਊਜ਼ਿਕ ਬੰਦ ਭਰਾਵਾ ਨਾ ਨਾ ਹੁਣ ਨਹੀਂ ਪੀਣੀ ਜਮੀ ਨਾ ਨਾ ਕਿਹੜੇ ਪਾਸੇ ਆ ਉਹ ਬਟਾ ਉਹਦੀ ਦੋਨੇ ਪਾਸੇ ਮਾਰੀ ਜਾਂਦਾ ਤਾੜੀਆਂ ਅਗਲਾ ਲਾਈਵ ਕੱਲ ਨੂੰ ਕਰਾਂਗੇ ਵੀਰੇ ਮਾਨਸਾ ਕੈਂਚੀਆਂ ਦੀ 21000 ਫਸਟ ਪ੍ਰਾਈਜ਼ ਅੱਛਾ ਰਵੀ ਦਾ ਮਰੀਜ਼ ਹੈ ਵਾਰੇ ਵਾਹ ਸਿੰਘ ਨੂੰ ਕੀ ਬਾਤ ਗਜ਼ਬ ਪੰਦਰਾਂ ਅੱਠ ਜੀ ਪੰਡ ਜੀ ਪੰਦਰਾਂ ਹੋ ਗਏ ਪੰਦਰਾਂ ਪੰਦਰਾਂ ਅੱਠ ਆ ਜੀ ਚਾਰ ਸੌ ਪਤਾ ਹੀ ਆ ਤੈਨੂੰ ਬਾਲ ਬੈਠੇ ਸੋਲਾਂ ਹੋ ਗਏ ਨਵੀਂ 16 8 ਹੋ ਗਏ ਪੁਆਇੰਟ ਬਾਲ ਢਾਬਾ ਵਾਲੇ ਯਾਰ ਤਗੜੀ ਬਾਲ ਹਾਂਜੀ ਹਾਂਜੀ ਕੁਲਦੀਪ ਵਰਮਾ ਜੀ ਕਿੱਥੇ ਪਹੁੰਚ ਗਏ ਕੁਲਦੀਪ ਸਿੰਘ ਰਾਣਾ ਜੀ ਡਿਮਾਂਡ ਕਰ ਰਹੇ ਭਾਈ ਲਗਾ ਦੇ ਇੱਕ ਬਾਲ ਜਲਦੀ ਆ ਪੜ੍ਹਾਈ ਇਹਦੀ ਪੇਪਰ ਦਵਾ ਕੇ ਲੈਣਾ ਵਾ ਜਿਹੜਾ ਪੰਜਾਬ ਦਾ ਪੇਪਰ ਲੈਂਦਾ ਦਵਾ ਆਪਣੀ ਇੱਕ ਕੰਮ ਕਰਾਂਗੇ ਮਰ ਗਿਆ
ਤੁਸੀਂ ਜਦੋਂ ਆਪਾਂ ਉੱਧਰ ਮਾਰ ਸਕਦੇ ਹਾਂ ਤਾਂ ਮੁੜ ਕੇ ਆਉਂਦਾ ਵਰਿੰਦਰ ਤੁਸੀਂ ਛੱਡੀ ਢਾਬੇ ਤੋਂ ਪ੍ਰੋਫਿਟ ਕਰ ਲਾ ਉਹ ਵੀ ਖਾ ਲਾਂਗੇ ਰਾਜ ਯਾਰ ਕਮਾਲ ਨਾ ਨਾ ਕਰਨਾ ਤੁਸੀਂ ਜੱਸਾ ਲੂ ਕਰਕੇ ਜੀ ਬਿਲਕੁਲ ਅਰਬੀ ਬ੍ਰੇਕ ਹੈਲੋ ਤਹਿ ਦਿਲੋਂ ਧੰਨਵਾਦ ਕਰਦੇ ਜਿੰਨੇ ਵੀ ਸਾਡੇ ਸਤਿਕਾਰਯੋਗ ਪ੍ਰਬੰਧਕ ਵੀਰ ਨੇ ਜਿਹੜੇ ਭਰਾਵਾਂ ਦੀ ਮਿਹਨਤ ਸਦਕਾ ਅੱਜ ਦਾ ਪਾਏ ਵੱਡਾ ਮਹਾਂਕੁੰਭ ਤੱਕਿਆ ਮੇਰੇ ਮਿੱਤਰੋ ਭਾਈ ਪ੍ਰਦੀਪ ਭਰਾ ਸਾਡਾ ਪ੍ਰਦੀਪ ਪੰਜਾਬ ਪੁਲਿਸ ਵਾਲਾ ਦੋਵੇਂ ਪਿੰਡ ਵਾਲਾ ਨਾਲ ਬਾਈ ਬਲਜਿੰਦਰ ਹੋਣੀ ਅਰਸ਼ ਸ਼ਰਮਾ ਨਾਲ ਬਾਈ ਨਿਰਮਲ ਹੋਣੀ ਭਰਾ ਸਾਡੇ ਸਾਰੇ ਸਤਿਕਾਰਯੋਗ ਵੀਰਾਂ ਦਾ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ ਕਾਕੂ ਸਾਡੀ ਜ਼ਿੰਦਗੀ ਦਾ ਰੰਗਲਾ ਸੱਜਣ ਹੈ ਨੰਬਰ ਇੱਧਰ ਇੱਕ ਹੋਰ ਦੇ ਵਾਧੇ ਹੋ ਗਏ ਆ ਕਾਕੂ ਭਰਾ ਸਾਡਾ ਧੂਰੀ ਵਾਲਾ ਉਹਦਾ ਬਾਹਲਾ ਜ਼ੋਰ ਲੱਗਿਆ ਪਿਆ ਮੁੰਡੇ ਦੇ ਨਾਲ ਕਿਹੜਾ ਪਿੰਡ ਆ ਬਾਈ ਦਾ ਸਹਿਜੜਾ ਓਕੇ ਮੇਰਾ ਬਾਈ ਤਹਿ ਦਿਲੋਂ ਧੰਨਵਾਦ ਆ ਤੁਹਾਡਾ ਵੀ ਔਰ ਤੁਹਾਡੇ ਨਗਰ ਦੀ ਟੀਮ ਵੀ ਬਹੁਤ ਤਕੜੀ ਰਹੀ ਹੈ ਸਮੇਂ ਸਮੇਂ ਦੀਆਂ ਬਾਤਾਂ ਨੇ ਨੌਜਵਾਨ ਗੁਰਮੁਖ ਕਹਿੰਦਾ ਵੀ ਐਤਕੀ ਦੇ ਸਾਲ ਆਪਾਂ ਮੇਲਾ ਕਰਵਾਉਣਾ ਪਿੰਡ ਦੇ ਵਿੱਚ ਤੇ ਪਹਿਲਾਂ ਪ੍ਰਾਈਜ਼ ਆਪਾਂ 55,000 ਦੇਣਾ ਨੌਜਵਾਨ ਹਾਂ ਕੰਬਾਈਨਾਂ ਕੈਂਸਲ ਕਰਤੀਆਂ ਮੇਰਾ ਵੀਰ ਉਹ ਕਹਿੰਦੇ ਵੀ ਹੁਣ 100% ਲੰਡੀਆਂ ਜੀਪਾਂ ਦੀ ਗੱਲ ਹੋਣੀ ਹੈ ਕਿੰਨੇ ਹੋ ਗਏ ਪੰਡਿਤ ਜੀ 18-8 ਪੁਆਇੰਟ ਆ ਜੀ 18-8 ਵੀਰੇ 18 ਯੂਪੀ ਸ਼ਾਸਤਰੀ ਟੀਮ ਦੇ ਸ਼ੇਰੂ ਢਾਬਾ ਛੋਟੂ ਮਾਜਰੇ ਦੇ 8 ਸਕੋਰ ਸਹਾਰਨਪੁਰ ਦੇ ਰਵੀ ਬਹਾਦਰਗੜ੍ਹ ਦੇ ਵੀਰੇ ਗੇਮ 21-21 ਵੀਰੇ ਸਕੋਰ ਹੈਗਾ ਬਈ 8-18 ਜੀ 8-18 ਨੇ ਪੰਡਤ ਜੱਸਾ ਲੂ ਕਰ ਗਿਆ ਜੀ ਰਵੀ ਨੂੰ ਬਾਅਦ ਬਈ ਵਾਹ ਵੀ ਵਾਹ 9-18 ਹੋਈ ਵੀਰੇ ਬਾਵਾਂ ਵੀ ਜੁੜ ਗਿਆ 9-18 ਪੱਟ ਪੁਲਸੀ ਆ ਮੁੱਖ ਮਹਿਮਾਨ ਬਹੁਤ ਬਹੁਤ ਸਵਾਗਤ ਆ ਜਿਵੇਂ ਜਿਵੇਂ ਸਾਡੇ ਮੁੱਖ ਮਹਿਮਾਨ ਪਹੁੰਚ ਰਹੇ ਆ ਘੱਟ ਵੀ ਆ ਗਿਆ ਸਾਰੇ ਵੀਰ ਆਪੋ ਆਪਣੇ ਕੰਮ ਧੰਦੇ ਨਿਬੇੜ ਕੇ ਪੁੱਜਦੇ ਜਾ ਰਹੇ ਨੇ ਇੱਧਰ ਘੱਟ ਵੀ ਆ ਚੁੱਕਿਆ ਹੈ 10-18 ਦਾ ਮੁਕਾਬਲਾ ਲੈ ਵੀ ਖੇਡਿਆ ਜਾ ਰਿਹਾ ਇੱਧਰ 10 ਨੰਬਰ ਹੈ ਸਹਾਰਨਪੁਰ ਦੀ ਟੀਮ ਦੇ ਤੇ ਇੱਧਰ 18 ਨੰਬਰ ਨੇ
ਔਰ ਵੱਡਾ ਫਰਕ ਪੈ ਚੁੱਕਿਆ ਖੇਡ ਦੇ ਮੈਦਾਨ ਦੇ ਵਿੱਚ ਵੀ ਪੈਂਦਾ ਪੈਂਦਾ ਪੈ ਜਾਂਦਾ ਹੈ ਫਰਕ ਸੋਹਣਿਆਂ ਵੀ ਬਾਕੀ ਫਰਕ ਤੇ ਵੱਡਾ ਪੈ ਚੁੱਕਿਆ ਪਰ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਕਿਹੜੀ ਟੀਮ ਨੇ ਜਿੱਤਣਾ ਹੈ ਹਾਲੇ ਤੇ ਬਹੁਤ ਸਮਾਂ ਲੱਗ ਜਾਣਾ ਇਹ ਜਾਣਨ ਦੇ ਲਈ ਵੀ ਕਿਹੜੀ ਉਹ ਟੀਮ ਜਿੱਤੂ ਰਹੇਗੀ ਤੇ ਕਿਹੜੀ ਟੀਮ ਸੈਕਿੰਡ ਰਹੇਗੀ ਬੜਾ ਸੋਹਣਾ ਮੈਚ ਆਪਾਂ ਤੱਕ ਰਿਹਾ 10-18 ਹਾਂਜੀ ਹਾਂਜੀ ਵੀਰੇ 21 ਦੀ ਗੇਮ ਆ ਜੀ ਵਧੀਆ ਵਧੀਆ ਚੰਨੀ ਖੇਡਾ ਯੂ ਐਸ ਏ ਬਹੁਤ ਵਧੀਆ ਬਾਈ ਜੀ ਚੰਨੀ ਖੇਡਾ ਦੀ ਯੂ ਐਸ ਏ ਵਾਲੇ ਗ੍ਰੈਂਡ ਪ੍ਰਮੋਟਰ ਸਾਡੀ ਖੇਡ ਵਾਲੀਬਾਲ ਦੇ ਉਹ ਵੀ ਲਾਈਨ ਤੇ ਆ ਗਏ ਲੋ 11-18 ਹੋ ਗਏ ਆ ਉਹ ਉੱਠ ਖੜੇ ਆ ਓਏ 11-18 ਨੇ ਬਾਹ ਖੱਜਲ ਕਰੀ ਆਉਂਦਾ ਚੋਦਰ ਇੱਕ ਨਾ ਹੋਰ ਟੂਰਨਾਮੈਂਟ ਵੀ ਵੀਰੇ ਇੱਕ ਨਾ ਹੋਰ ਨੇੜੇ ਪੂਰੀ ਬਈ 11 ਤੇ ਮੇਰੇ ਪਿੰਡ ਦੇ ਨੇੜੇ ਬਿਲਕੁਲ ਜੰਮੀ ਬਾਈ ਮੇਰੇ ਪਿੰਡ ਤੋਂ ਸਿਰਫ 5 ਕਿਲੋਮੀਟਰ ਦੂਰ ਆ ਜੀ ਇਹ ਘਨੌਰ ਖੁਰਦ ਬਿਲਕੁਲ ਆਪਣੇ ਪਿੰਡ ਦੇ ਨੇੜੇ ਆ ਜੀ ਰਵੀ ਕਿਵੇਂ ਕੁਰਸੀ ਇਧਰ ਕਰ ਲੈ ਰਵੀ ਫਾਈਨਲ ਮੈਚ ਆ ਜੀ 12-18 ਸਕੋਰ ਹੋ ਗਏ ਵੀਰੇ 21 ਦੀ ਗੇਮ ਆ ਜੀ 12-18 ਗੁੱਡ ਮਾਰਨਿੰਗ ਜੀ ਭੋਲਾ ਬਜੀਤਪੁਰ ਜੀ ਅਜੇ ਮਹਿਰਾਜ ਕਹਿੰਦਾ ਆ ਜਾਓ ਜਦੋਂ ਮਰਜ਼ੀ ਪਾਰਟੀ ਖੁੱਲੀ ਆ ਪਾਰਟੀਆਂ ਕਿੰਨੀਆਂ ਅਟੈਂਡ ਕਰੀਏ ਜੀ ਗੱਲਾਂ ਆਹ ਲੱਗ ਗਈਆਂ ਅਟਲੇ ਜਵਾਬ ਹੀ ਨਹੀਂ ਚੱਲਣ ਬੱਚੇ ਆਉਣ ਵਾਲੇ ਦੱਸ ਗਿਆ ਮੇਰਾ ਪਾਪਾ ਦਾ ਟੂਰਨਾਮੈਂਟ ਚੱਲੀ ਜਾਂਦਾ ਇੱਥੇ ਜਵਾਕ ਜਿਹੜੀ ਮੈਂ ਲੰਘਣ ਵਾਲੀ ਹੈ ਇੱਧਰ 11-18 ਦੀ ਨੈਟਵਰਕ ਦਾ ਬਹੁਤ ਇਸ਼ੂ ਰਿਹਾ ਯਾਰ ਵਧੀਆ ਵਧੀਆ ਅਵਤਾਰ ਜਾਣੇ ਵਾਲਾ ਵਧੀਆ ਬਾਈ ਹਾਂਜੀ ਹਾਂਜੀ ਅਨਮੋਲਦੀਪ ਬੱਲੇ ਬੱਲੇ ਵਾਹ ਬਾਈ ਵਾਹ ਲੈ ਵੀ ਤਾੜੀ ਮਾਰ ਦੋ ਜ਼ੋਰਦਾਰ ਪਾਣੀ ਪਿਓ ਮੁੰਡੇ ਨੂੰ ਸਕੋਰ 18-12 ਵੀਰੇ 21 ਦੀ ਗੇਮ ਆ 18-12 ਬਾਬਾ ਜੀ ਪਾਣੀ ਪਿਓ ਮੁੰਡੇ ਨੂੰ ਜੋਰ ਬਹੁਤ ਲੱਗ ਗਿਆ ਹੁਣ ਇਸ ਸਹਿਜ ਵਾਲੇ ਭਰਾ ਸਾਡੇ ਬਹੁਤ ਤੁਹਾਡਾ ਧੰਨਵਾਦ ਹੈ ਹੋਰ ਸੰਗਤਾਂ ਦਾ ਵੀ ਆਪਾਂ ਬਾਬਾ ਨਾਨਕ ਸੁਖਰ ਕੇਸਗੀ ਦੇ ਸਾਲ ਇਹਨੂੰ ਵੀ ਵੱਡਾ ਮੇਲਾ ਕਰਵਾਵਾਂਗੇ ਔਰ ਦਿਲੋਂ ਧੰਨਵਾਦ ਹੈ ਸਾਡੇ ਭਰਾਵਾਂ ਦਾ ਇੱਧਰ ਬਹੁਤ ਸੋਹਣਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਮੈਨੂੰ ਲੱਗਦਾ ਵੀ ਨੰਬਰ ਇੱਧਰ 18 ਹੀ ਹੈ ਵੀਰੇ
ਓਕੇ ਜੀ 18 ਤੇ 11 12 12 ਓਕੇ ਮੇਰਾ ਭਰਾ 18 ਤੇ ਇੱਧਰ 12 ਮਾਨਿਕ ਜੀ ਅਨਿਲ ਗੌਰਗੜ੍ਹ ਦੀ ਯੂਐਸਏ ਖੇਡੀ ਜਾ ਰਹੀ ਹੈ ਨੰਬਰ 19ਵਾਂ ਮੁੰਡਿਆਂ ਦੇ ਉਹ ਆਪਣੀ ਟੀਮ ਦੇ ਲਈ ਜਿਹੜਾ ਜੋੜ ਦਿੱਤਾ ਵੀ ਦੱਸਾਂਗੇ ਵੀਰੇ ਬੈਸਟ ਨੂੰ 31-3100 ਆ ਜੀ ਦੇ ਵਿੱਚ ਬਾਕੀ ਹੈ 2 ਪੁਆਇੰਟ ਜਿਹੜੇ ਬਾਕੀ ਨੇ ਨੌਜਵਾਨਾਂ ਹਾਲੇ ਜਿੱਤਣ ਦੇ ਲਈ ਹਾਲੇ ਵੀ ਬਹੁਤ ਟਾਈਮ ਲੱਗ ਜਾਣਾ ਹੈ ਕਿਵੇਂ ਨਵਰਤਨ ਤੇਲ ਉਹਨੂੰ ਕਿਹਾ ਬਾਈ ਉਹ ਵੀ ਕਿਹਾ ਫਿਰ ਹੀ ਗੱਲ ਬਣਨੀ ਹੈ ਗੁੱਡ ਮਾਰਨਿੰਗ ਜੀ ਲਵਪ੍ਰੀਤ ਕਰਮਗੜ੍ਹ ਜੀ ਲਾਸਟ ਪੁਆਇੰਟ ਆ ਗਿਆ ਵੀਰੇ ਲਾਸਟ ਪੁਆਇੰਟ ਰਵੀ ਸ਼ੇਰੂ ਵਰਗਾ ਹੀ ਰਵੀ ਨੂੰ ਵੀਰੇ ਸਹਾਰਨਪੁਰ ਨੂੰ ਪਹਿਲਾ ਲਾਸਟ ਪੁਆਇੰਟ ਆ ਗਿਆ ਜੀ ਪਹਿਲਾ ਪ੍ਰਾਈਜ਼ 25,000 ਵੀਰੇ ਬੈਸਟ ਨੂੰ ਕੱਤੀ ਕਿੱਥੇ ਹੁੰਦੇ ਤੁਸੀਂ ਨਹੀਂ ਜਦੋਂ ਪਿੰਡ ਟੂਰਨਾਮੈਂਟ ਹੁੰਦਾ ਗੁੱਡ ਮਾਰਨਿੰਗ ਦਲਜੀਤ ਬਰਾੜ ਜੀ ਗੁੱਡ ਮਾਰਨਿੰਗ ਨੰਬਰ ਲਾਸਟ ਹੈ ਇੱਕ ਪੁਆਇੰਟ ਦੀ ਖੇਡ ਜਿਹੜੀ ਬਾਕੀ ਰਹਿੰਦੀ ਹੈ ਨੰਬਰ ਲਾਸਟ ਕੌਣ ਜੋੜਦਾ ਆਪਣੀ ਟੀਮ ਦੇ ਲਈ ਹੈ ਇਹ ਵੀ ਕਹਿੰਦੇ ਮੇਰੇ ਮਿੱਤਰੋ ਗੱਲ ਜਿਹੜੀ ਚੇਤੇ ਦੇ ਵਿੱਚ ਰੱਖਣ ਵਾਲੀ ਹੋਵੇਗੀ ਲਾਸਟ ਨੰਬਰ ਮੇਰੀ ਗੱਲ ਸੁਣੋ ਤੁਸੀਂ ਸੰਗਰੂਰ ਆ ਜਾਓ ਸੰਗਰੂਰ ਤੋਂ ਚੱਲ ਵੜਦੇ ਆ ਯਾਰ ਕਰ ਲਈ ਚੱਲ ਪਹੁੰਚ ਤੇ ਅਸੀਂ ਵੀ ਆਉਣੇ ਫਿਰ ਹੋਰ ਤੱਕ ਵਿਚਾਰਾ ਨੀ ਪੁਆਇੰਟ ਬਾਈ 12-20 ਹੈ ਜੀ 12 ਰਵੀ 20 ਸ਼ੇਰੂ 21 ਕੀ ਗੇਮ ਇੱਥੋਂ ਸੰਗਰੂਰ ਇੱਥੋਂ ਤੈਨੂੰ ਲੱਗੂ ਮਸਾਂ ਅੱਧਾ ਘੰਟਾ ਲੱਗੂ
ਪਤਾ ਵੀ ਨਹੀਂ ਲੱਗਦਾ ਪਰ ਲੱਗ ਜੂਗਾ ਉਹਦੇ ਪੈਰ ਧੂ ਕਈ ਵਾਰ ਇੱਥੋਂ ਬਾਅਦ ਐਂ ਮੰਨ ਲਾ ਵੀ ਪੰਜ ਛੇ ਜਹਾਂਗੀਰ ਉਹ ਘੇਰੂ ਆ ਉਹ ਧੂਰੀ ਇੱਥੋਂ ਪੰਜ ਛੇ ਕਿਲੋਮੀਟਰ ਧੂਰੀ ਆ ਜਾ 12-13 ਕਿਲੋਮੀਟਰ ਕਹਾਂ ਕਰੂਗਾ ਧੂਰੀ ਤੋਂ ਅੱਧਾ ਘੰਟਾ ਤਾਂ ਲੱਗ ਹੀ ਜਾਊਗਾ ਹਾਂਜੀ ਹਾਂਜੀ ਖੋਏ ਢਿੱਲੋਂ ਵੀਰੇ ਮੈਚ ਬਹੁਤ ਤਕੜੇ ਲੱਗ ਗਏ ਲੰਬੇ ਲੰਘ ਗਏ ਮੈਚ ਬਈ ਜਿਵੇਂ ਮੈਂ ਸਰਦਾਰ ਜਲਤ ਤਾਂ ਮੈਂ ਦੱਸ ਦਿੰਦਾ ਮੈਂ ਉਹਦੇ ਨਾਲ ਰਿਹਾ ਮੈਂ ਕਾਫੀ ਨੈੱਟ ਪਰ ਲਾ ਰਵੀ ਦੇ ਸ਼ੇਰ ਨੂੰ ਜੁਆਇੰਟ ਸਹੀ ਹਾਂ ਸਪਾਂਸਰ ਵੀ ਦੱਸਾਂ ਮੈਂ ਪਹਿਲਾਂ ਹੀ ਦੱਸਦੇ ਤੈਂ ਕਿਹੜੇ ਦੱਸਿਆ ਅਰਸ਼ ਦੱਸਾਂ ਦੋਹੇ ਸੈਂਟਰ ਨੈੱਟ ਪਰਲਾ ਆ ਸੀਨੂੰ ਬਸ ਜੂਠਾ ਬਣਦਾ ਤਾਂ ਸਾਡਾ ਹੋਇਆ ਸਾਡਾ ਲੈ ਯਾਰ ਤੈਨੂੰ ਮੈਂ ਦੱਸਿਆ ਹੈਗਾ ਜੀ 12 ਵਜੇ ਤੋਂ ਫਿਰ ਕੰਮ ਗੜਬੜ ਹੋਣ ਲੱਗ ਜਾਂਦਾ ਵਾਹ ਬਈ ਵਾਹ ਇੱਕ ਵਾਰ ਫਿਰ ਤੋਂ ਸਰਵਰ ਚੇਂਜ ਆ ਉਧਰ ਕਿੰਨੇ ਆ ਬਈ ਪੰਡਤ 12 ਅਰਸ਼ ਬਰਾਬਰ ਹੋ ਜੂਗਾ ਬੈਸਟ ਵੀ ਦੱਸਾਂਗੇ ਵੀਰੇ ਬਣੇ ਰਹੋ ਜੀ ਵਧੀਆ ਵਧੀਆ ਜਸਪ੍ਰੀਤ ਯੂ ਐਸ ਏ ਵਧੀਆ ਵੀਰੇ ਰਾਓ ਫੈਜ ਬਿਲਕੁਲ ਬਿਲਕੁਲ ਬਾਈ ਜੀ ਚਾਹ ਦਾ ਟਾਈਮ ਆ ਕੋਈ ਹੁਣ ਚਾਹ ਦਾ ਟਾਈਮ ਨਹੀਂ ਹੈਗਾ ਬਈ ਭੂਰੇ ਲਈ ਵੀ ਤਾੜੀ ਮਾਰ ਦੋ ਯਾਰ ਇੱਕੋ ਤੇਰਾ ਲੱਖ ਵਰਗਾ ਭੂਰਿਆ ਬਾਕੀ ਹਾਂਜੀ ਹਾਂਜੀ ਫਾਈਨਲ ਆ ਫਾਈਨਲ ਵੀਰੇ ਲਾਸਟ ਨੰਬਰ
ਲਾਸਟ ਪੁਆਇੰਟ ਆ ਜੀ ਯੂਪੀ ਸਸਤੀ ਆ, ਲਾਸਟ ਪੁਆਇੰਟ ਉੱਧਰ 12 ਜਾਂ 13 ਸਕੋਰ ਆ ਜੀ ਸਹਾਰਨਪੁਰ ਯੂਪੀ ਦੇ। ਲਾਸਟ ਪੁਆਇੰਟ ਆ ਵੀਰੇ ਯੂਪੀ ਸ਼ਾਸਤਰੀ ਦਾ, ਸ਼ੇਰੂ ਢਾਬਾ ਦਾ, ਛੋਟੂ ਮਾਜਰੇ ਵਰਗਿਆਂ ਦਾ ਲਾਸਟ ਪੁਆਇੰਟ ਆ ਜੀ। ਲਓ ਜੀ ਵੀਰੇ ਮੈਚ ਸਮਾਪਤ ਆ, ਤਾਂ ਇਰਦਾਰ ਸ਼ਾਸਤਰੀ ਦੀ ਫਸਟ ਆ ਜੀ, ਸੈਕੰਡ ਸਹਾਰਨਪੁਰ ਯੂਪੀ ਵੀਰੇ। ਤਾਲੀ ਮਾਰ ਦਿਓ ਜੋ ਬੈਸਟ ਵੀ ਦੱਸਾਂਗੇ ਜੀ, ਪ੍ਰਾਈਜ਼ ਦਵਾ ਕੇ ਵਧਾਵਾਂਗੇ ਲਾਈਵ ਵੀਰੇ। ਲਵੀ ਮਾਰ ਸਮਾਰਟ ਬਾਜ ਦੱਸ ਕੇ ਕਿਹਨੂੰ ਦੇਣੀ ਆਪਾਂ, ਸ਼ਰਮਾ ਜੀ ਨੂੰ। ਤਾਲੀ ਸ਼ਰਮਾ ਜੀ ਦੱਸੋ ਜੀ ਹੁਣ ਕਿਹੜੇ ਬੈਸਟ ਪਲੇਅਰ ਨੇ। ਲਓ ਜੀ ਵੀਰੇ ਪਹਿਲਾਂ ਤਾਂ ਪਲੇਅਰ ਆਫ ਦਾ ਮੈਚ ਜਿਹੜੀ ਸਮਾਰਟ ਬਾਜ ਦੇਣੀ ਆ ਜਿਹੜਾ ਪਲੇਅਰ ਆਫ ਦਾ ਮੈਚ ਆ ਵੀਰੇ, ਭੂਰਾ ਕਹਿੰਦਾ ਯੂਪੀ ਵਾਲਿਆਂ ਦਾ ਵੀ ਸਮਾਰਟ ਵਾਚ ਆਪਣੀ ਲੈ ਕੇ ਜਾਓ। ਹਾਂ ਬਈ ਭੂਰਾ ਜੀ ਆਓ ਜੀ, ਬਹੁਤ ਵਧੀਆ ਖੇਡਦੇ ਮੁੰਡੇ।